ਆਪਾਂ ਇਹ ਦੇਖੀਏ ਵੀ ਅਸੀਂ ਕਿਹਨੂੰ ਫੋਲੋ ਕਰਦੇ ਹਾਂ ਨਾ। ਲੱਖਾ ਸਿਡਾਨਾ ਜੀ ਟ੍ਰੈਂਡ ਕਰ ਰਹੇ ਨੇ, ਸਾਡੇ ਅੰਮ੍ਰਿਤਪਾਲ ਜੀ ਟ੍ਰੈਂਡ ਕਰ ਰਹੇ ਨੇ, ਉੱਧਰ ਨੂੰ ਹੀ ਦੁਨੀਆ ਚੰਗੀ ਗੱਲ ਨਹੀਂ ਕਰਦੇ। ਮੁੱਖ ਮੰਤਰੀ ਦਾ ਬੇਟਾ ਹੁਣ ਤੋਂ ਬਾਬਜੀ, ਜਦੋਂ ਮੈਂ 2002-03 ਦੇ ਵਿੱਚ ਇੱਥੇ ਆਇਆ, ਮੇਰੀ ਮਦਰ ਵਾਸ ਲੀਡਿੰਗ ਦ ਸਟੇਟ ਹੈ ਨਾ, ਤੇ ਉਹ ਜੇ ਚਾਹੁੰਦੇ ਮੈਨੂੰ ਕੁਝ ਵੀ ਬਣਾ ਸਕਦੇ ਸੀ, ਕਿਸੇ ਵੀ ਅਹੁਦੇ ਤੇ ਮੈਂ ਜਾ ਸਕਦਾ ਸੀ। ਅਸੀਂ ਇਹ ਮੰਨ ਲਈਏ ਰਾਹੁਲ ਸੱਤਾ ਤੋਂ ਬਾਹਰ ਨੇ ਤਾਂ ਇਹ ਗੱਲਾਂ ਕਰ ਰਹੇ। ਮੈਂ ਤਾਂ ਨਾ ਸੱਤਾ ਦੇ ਵਿੱਚ ਸੀ ਨਾ ਬਾਹਰ ਆ, ਠੀਕ ਹੈ। ਮੇਰੇ ਮਦਰ ਸੀਐਮ ਰਹੇ ਨੇ, ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਉਹ ਭਾਵਨਾ ਮੇਰੇ 'ਚ ਵੀ ਹੈ। ਮੈਨੂੰ ਮੇਰੇ ਮਦਰ ਨੇ ਸਟਾਰਟਿੰਗ 'ਚ ਇਹੀ ਕਿਹਾ ਗਿਆ ਵੀ ਬੇਟਾ ਮੈਂ ਇਹ ਨਹੀਂ ਚਾਹੁੰਦੀ ਵੀ ਰਾਜਨੀਤੀ ਤੇਰੀ ਰੋਜ਼ੀ ਰੋਟੀ ਦਾ ਸਾਧਨ ਬਣੇ, ਠੀਕ ਹੈ। ਕਿਉਂਕਿ ਜਦੋਂ ਸਾਡਾ ਘਰ ਕਿਵੇਂ ਚੱਲਣਾ ਹੈ, ਸਾਡੇ ਪਰਿਵਾਰ ਕਿਵੇਂ ਚੱਲਣੇ ਆ, ਉਹ ਰਾਜਨੀਤੀ 'ਤੇ ਡਿਪੈਂਡ ਹੋਊਗਾ, ਤਾਂ ਅਸੀਂ ਵੀ ਲੋਕਾਂ ਦੀ ਜੇਬਾਂ ਕਿਹੜੀ ਦੇਖਣ ਲੱਗ ਗਏ। ਅੱਜ ਜੋ ਸਾਡਾ ਨੌਜਵਾਨ ਹੈ ਉਹਨੂੰ ਯਾਰ ਹਰ ਪਾਸੇ ਪਾਇਆ ਜਾ ਰਿਹਾ। ਸਿੱਧੇ ਤੌਰ 'ਤੇ ਮੈਂ ਮੰਨਦਾ ਕਿ ਇੱਕ ਰਾਹੁਲ ਭਾਰਤ ਜੋੜੋ ਯਾਤਰਾ ਕਰ ਰਹੇ ਨੇ, ਦੂਜੇ ਰਾਹੁਲ ਹੁਣ ਸ਼ਾਇਦ ਪੰਜਾਬ ਜੋੜੋ ਯਾਤਰਾ ਕਰਨਗੇ। ਮੈਂ ਕੀ ਕਰ ਪਾਊਂਗਾ ਉਹ ਤਾਂ ਰੱਬ ਜਾਣ, ਠੀਕ ਹੈ, ਬਟ ਮੈਂ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਉਹ ਸੱਤਾ ਤੋਂ ਆਉਣ ਤੋਂ ਬਾਅਦ ਦੀ ਨਹੀਂ, ਅੱਜ ਦੀ ਗੱਲ ਕਰ। ਸੋ ਅੱਜ ਸਾਡੇ ਨੌਜਵਾਨ ਦੋ ਹੀ ਚੀਜ਼ਾਂ ਆਪ ਕਰ ਰਹੇ ਆ, ਜਾਂ ਤਾਂ ਸਰਕਾਰੀ ਨੌਕਰੀ ਲੱਗ ਜਾਏ ਜਾਂ ਬਾਹਰ ਕਰ। ਸਰਕਾਰਾਂ ਦੇ ਵਾਅਦੇ ਵੀ ਇਹੀ ਹੁੰਦੇ ਨੇ, ਕਰਜ਼ੇ ਦੇ ਦਿਨ ਸਰਕਾਰਾਂ ਦੀ ਆ, ਨੌਜਵਾਨ ਤਾਂ ਘੁਲਦੇ ਨੇ, ਨੌਜਵਾਨ ਮਿੱਟੀ 'ਚੋਂ ਸੋਨਾ ਉਗਾ ਕੇ ਕੋਸ਼ਿਸ਼ ਕਰ ਰਹੇ ਨੇ ਆਪਦੇ ਸਿਰੋਂ ਭਾਰ ਲਾਉਣ ਦਾ, ਨਾ ਸਿਆਸੀ ਜਮਾਤ ਨੇ ਉਹ ਸੋਚ ਉਹ ਅੱਗੇ ਵਧਣ ਦਾ ਜਜ਼ਬਾ ਵੀ ਖੋਹ ਲਿਆ, ਕਿਤੇ ਨਾ ਕਿਤੇ ਰੋਟੀ ਦੇ ਚੱਕਰ 'ਚ ਉਲਝਾ ਲਿਆ। ਦੇਣ ਤੁਹਾਡੀ ਆ, ਤੁਹਾਡੇ ਪਰਿਵਾਰ ਵੱਲੋਂ ਵੀ ਤਾਂ ਮੁੱਖ ਮੰਤਰੀ ਦਾ ਉਹਦਾ ਮਾਣਿਆ ਗਿਆ, ਉੱਥੇ ਸੱਤਾ ਦੇ ਵਿੱਚ ਰਹੇ ਹੋ ਕਾਫੀ ਲੰਮਾ ਸਮਾਂ ਰਹੇ ਹੋ, ਫਿਰ ਕਦੇ ਕਿਹਦੀ ਵਾਰੀ ਆ ਜਾਂਦੀ ਹੈ। ਸਿਆਸੀ ਜਮਾਤ ਆ ਤੁਹਾਡੇ ਵਿੱਚ ਹੀ ਆਉਂਦੀ ਹੈ, ਤੁਹਾਡੇ ਵਰਗ 'ਚ ਹੀ ਆਉਂਦੀ ਆ, ਫਿਰ ਤੁਹਾਨੂੰ ਕੀ ਲੋੜ ਪੈ ਗਈ ਅੱਜ ਇਹ ਮੁੱਦਿਆਂ ਦੀ ਗੱਲ ਕਰਨ ਦੀ, ਅਤੇ ਦੇਣ ਤੁਹਾਡੀ ਆ। ਮੈਂ ਵੀ ਇੱਕ ਦੋ ਬੱਚਿਆਂ ਦਾ ਬਾਪ ਜੀ, ਟੀਨੇਜਰਸ ਮੇਰੇ ਵੀ ਬੱਚੇ ਹੁੰਦੇ ਜਾ, ਬਿਲਕੁਲ। ਸੋ ਉਹਨਾਂ ਦੇ ਜਦੋਂ ਮੈਂ ਵਿਊਜ਼ ਦੇਖਦਾ, ਉਹਨਾਂ ਦੀ ਜਦੋਂ ਮੈਂ ਸੋਚ ਦੇਖਦਾ, ਤਾਂ ਇੱਕ ਚਿੰਤਾ ਕਿਹੜੀ ਹੋ ਰਹੀ ਹੈ ਯਾਰ, ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਸ਼ੋਰ ਮਚਾਉਣ ਵਾਲੇ ਜਿਹੜੇ ਲੋਕ ਨੇ ਨਾ, ਠੀਕ ਹੈ, ਉਹ ਸਾਡੇ ਪੰਜਾਬ ਦੇ ਇਨਫਲੂਐਂਸਰ ਬਣਦੇ ਜਾ ਰਹੇ ਨੇ। ਅੱਜ ਕੱਲ੍ਹ ਇੱਕ ਤਰੀਕਾ ਕੀ ਬਣ ਗਿਆ ਕਿ ਸਿਰਫ ਭੰਡਣਾ, ਹੁਣ ਅਸੀਂ ਕੀ ਆਪਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਸਿਰਫ ਅਸੀਂ ਇਹ ਸਿਖਾ ਰਹੇ ਹਾਂ ਵੀ ਹਾਂ ਯਾਰ ਪ੍ਰੋਬਲਮ ਨੂੰ ਦੇਖੋ ਅਤੇ ਉਹਨੂੰ ਕੋਸੀ ਚੱਲੋ, ਗਾਲਾਂ ਕੱਢੀ ਚੱਲੋ, ਪਰ ਕਰੋ ਕੁਛ ਨਹੀਂ। ਲੋਕ ਜਦੋਂ ਬਾਹਰ ਨੂੰ ਜਾ ਰਹੇ ਸੀ, ਮੈਂ ਇੰਡੀਆ ਨੂੰ ਆ ਰਿਹਾ, ਠੀਕ ਹੈ, ਅਤੇ ਮੈਂ ਇੰਡੀਆ ਦੇ ਵਿੱਚ ਆ ਕੇ ਮੈਂ ਆਪਦੀ ਛੋਟੇ ਜਿਹੇ ਕੰਮ ਸ਼ੁਰੂ ਕਰਕੇ ਉੱਥੋਂ ਮੈਂ ਆਪਦਾ ਕਾਰੋਬਾਰ ਬਿਲਡ ਕਰਿਆ। ਪਰ ਰਾਹੁਲ ਇਹਦੇ ਵਿੱਚ ਤਾਂ ਤੁਹਾਡੇ ਲਈ ਕੁਛ ਵੀ ਔਖਾ ਨਹੀਂ ਹੋਊਗਾ ਨਾ। ਮੈਂ ਫੇਲ ਹੋਇਆ ਵੀ, ਓਕੇ, ਮੈਂ ਬਹੁਤ ਇਹੋ ਜਿਹੇ ਹੱਥ ਪੱਲੇ ਮਾਰੇ ਜਿਨ੍ਹਾਂ 'ਚ ਜਾ ਕੇ ਮੈਨੂੰ ਨਹੀਂ ਕਾਮਯਾਬੀ ਮਿਲੀ, ਪਰ ਅਲਟੀਮੇਟਲੀ ਮੈਂ ਲੱਗਿਆ ਰਿਹਾ, ਲੱਗਿਆ ਰਿਹਾ, ਲੱਗਿਆ ਰਿਹਾ, ਤਾਂ ਜਾ ਕੇ ਅੱਗੇ ਸਕਸੈਸ ਵੀ ਮਿਲਦੀ ਹੈ। ਉਹ ਕਹਾਵਤ ਆਪਾਂ ਨੂੰ ਬਚਪਨ ਸਿਖਾਉਂਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਅਤੇ ਮਹਾਂ ਸੁਰਖਾਓ। ਦੋਸਤੋ, ਪੋਹ ਦੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਜਾਂ ਫਿਰ ਸਾਡੀ ਅੱਜ ਦੀ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਬਾਰੇ ਜਾਂ ਦਸਮ ਪਿਤਾ ਬਾਰੇ ਜਾਂ ਸਾਡੇ ਉਹਨਾਂ ਅਸਲੀ ਨਾਇਕਾਂ ਬਾਰੇ ਜਦੋਂ ਗਿਆਨ ਨਹੀਂ ਹੁੰਦਾ, ਤਾਂ ਜ਼ਰੂਰ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਅਸੀਂ ਕਿਸ ਪਾਸੇ ਨੂੰ ਚੱਲ ਪਏ। ਅਤੇ ਇਹੀ ਸਵਾਲ ਅਸੀਂ ਕਹਿ ਦਈਏ ਕਿ ਜਦੋਂ ਇੱਕ ਕਾਂਗਰਸ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਦੇ ਵੰਸ਼ ਉਠਾਉਣ, ਤਾਂ ਉਹਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਸਵਾਲ ਖੜ੍ਹੇ ਹੁੰਦੇ ਨੇ ਕਿ ਲੋੜ ਕੀ ਪੈ ਗਈ ਹੈ, ਕਿ ਅੱਜ ਸਾਡੇ ਆਦਰਸ਼ ਕੌਣ ਨੇ ਇਹ ਦੇਖਣ ਦੀ, ਇਹ ਵਾਚਣ ਦੀ, ਜਦਕਿ ਉਹ ਲੋਕ ਸਰਕਾਰਾਂ ਦੇ ਵਿੱਚ ਰਹੇ ਨੇ। ਮੇਰੇ ਨਾਲ ਪੱਠਲ ਪਰਿਵਾਰ ਤੋਂ ਸਰਦਾਰ ਰਾਹੁਲ ਇੰਦਰ ਸਿੰਘ ਸਿੱਧੂ ਪੱਠਲ ਨੇ, ਅਤੇ ਉਹ ਸਵਾਲ ਚੱਕਦੇ ਨੇ ਕਿ ਸਾਡੇ ਆਦਰਸ਼ ਕੌਣ ਨੇ, ਪੰਜਾਬੀ ਆਪਦਾ ਵਜੂਦ ਭੁੱਲ ਕੇ ਗਏ ਨੇ। ਬਹੁਤ ਬਹੁਤ ਸਵਾਗਤ ਹੈ ਰਾਹੁਲ ਜੀ। ਸਤਿ ਸ਼੍ਰੀ ਅਕਾਲ ਸੁਖਾਰ ਜੀ, ਕੀ ਹਾਲ? ਰਾਹੁਲ ਜੀ, ਬੜਾ ਸਿੰਪਲ ਜੀ ਗੱਲ ਹੈ, ਅਸੀਂ ਅੱਜ ਜਿਹੜੇ ਦਿਨ ਮਨਾ ਰਹੇ ਹਾਂ ਉਹ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਆਨੰਦ ਲੈ ਰਹੇ ਹਾਂ, ਸਾਹ ਲੈ ਰਹੇ ਹਾਂ। ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਅਸਲੀ ਨਾਇਕ, ਸਾਡੇ ਅਸਲੀ ਹੀਰੋ, ਸਾਡੇ ਗੁਰੂ ਉਹ ਹੋਣ ਦੀ ਬਜਾਏ ਜੋ ਤੁਸੀਂ ਸਵਾਲ ਚੱਕਦੇ ਹੋ ਕਿ ਕੋਈ ਹੋਰ ਹੋ ਗਏ, ਇਹ ਲੋੜ ਕੀ ਪੈ ਗਈ, ਇਹ ਤੁਹਾਨੂੰ ਕੀ ਲੱਗਦਾ, ਇਹ ਸਾਰਾ ਕੁਛ ਹੋ ਕਿਵੇਂ ਰਿਹਾ ਹੈ? ਦੇਖੋ ਜੀ, ਇਹ ਯੂਅਰ ਐਬਸੋਲੂਟਲੀ ਰਾਈਟ ਵਿਦ ਦੀ ਐਡਵੈਂਟ ਆਫ, ਖਾਸ ਤੌਰ 'ਤੇ ਜਦੋਂ ਦਾ ਸੋਸ਼ਲ ਮੀਡੀਆ ਅਤੇ ਨਵਾਂ ਮੀਡੀਆ ਆਇਆ ਹੈਗਾ, ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਸਾਡੀ ਪੁਰਾਣੇ ਸਮੇਂ ਤੋਂ ਟੁੱਟਦੀ ਜਾ ਰਹੀ ਹੈ ਜੀ। ਗੁਰੂ ਸਾਹਿਬ ਹੋਣਾ ਦੇ ਸਮੇਂ ਤੋਂ ਲੈ ਕੇ ਜਿਹੜੀ ਉਦੋਂ ਬਾਅਦ ਪੀੜ੍ਹੀਆਂ ਆਈਆਂ, ਉਦੋਂ ਬਾਅਦ ਯੂਨੋ ਆਜ਼ਾਦੀ ਦੀ ਮੂਵਮੈਂਟ ਆਈ, ਉਹਦੇ ਵਿੱਚ ਜਿਹੜੇ ਲੋਕਾਂ ਨੇ ਕਰਿਆ, ਕੰਟਰੀ ਨੂੰ ਬਿਲਡ ਕਰਿਆ, ਉਸ ਤੋਂ ਕਿਤੇ ਨਾ ਕਿਤੇ ਸਾਡੀ ਜਿਹੜੀ ਨੌਜਵਾਨੀ ਹੈ ਉਹ ਟੁੱਟ ਕੇ ਅੱਜ ਸਾਡੇ ਮਤਲਬ ਸ਼ੋਰ ਮਚਾਉਣ ਵਾਲੇ ਜਿਹੜੇ ਲੋਕ ਨੇ ਨਾ, ਠੀਕ ਹੈ, ਉਹ ਸਾਡੇ ਪੰਜਾਬ ਦੇ ਇਨਫਲੂਐਂਸਰ ਬਣਦੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਰੌਲਾ ਤਾਂ ਹੁੰਦਾ, ਗੱਲ ਦੇ ਵਿੱਚ ਦਮ ਨਹੀਂ ਹੁੰਦਾ, ਸਬਸਟੈਂਸ ਨਹੀਂ ਹੁੰਦਾ, ਅਤੇ ਉਹ ਕਿਤੇ ਨਾ ਕਿਤੇ ਸਿਰਫ ਇੰਟਰਟੇਨਮੈਂਟ ਵੈਲਿਊ ਜਿਹੜੀ ਹੈਗੀ ਹੈ ਉਹ ਵਾਇਰਲ ਹੋਣ ਦਾ ਇੱਕ ਤਰੀਕਾ ਬਣ ਗਈ ਹੈ, ਅਤੇ ਉਹ ਸਾਡੀ ਜਿਹੜੀ ਪੀੜ੍ਹੀ ਹੈ ਉਹ ਉਸ ਨੂੰ ਫੋਲੋ ਕਰ ਰਹੀ ਹੈ। ਪਸੰਦ ਬਹੁਤ ਆਉਂਦੀ ਸਾਡੀ ਪੀੜ੍ਹੀ ਨੂੰ ਉਹ ਚੀਜ਼ਾਂ ਨੂੰ ਲੱਗਦੀਆਂ ਨੇ ਕਿ ਇੱਕ ਜਮਾਤ ਜਿਹਨੇ ਹੁਣ ਤੱਕ ਸ਼ੋਸ਼ਣ ਕੀਤਾ, ਉਸ ਜਮਾਤ ਤੋਂ ਇਹ ਲੋਕ ਸਹੀ ਨੇ, ਇਹ ਲੋਕ ਸੱਚੇ ਨੇ ਜਿਹੜੀ ਸਾਡੇ ਹੱਕ ਦੀ ਗੱਲ ਕਰਦੇ, ਸਾਡੇ ਆਵਾਜ਼ ਦੀ ਗੱਲ ਕਰਦੇ ਨੇ। ਨਹੀਂ ਦੇਖੋ ਜੀ, ਮੈਂ ਇਹ ਕਹਿਣਾ ਆਵਾਜ਼ ਚੱਕਣਾ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਹਰੇਕ ਦਾ ਹੱਕ ਹੈ, ਚੱਕਣੀ ਚਾਹੀਦੀ ਹੈ, ਬਲਕਿ ਹੱਕ ਨਹੀਂ ਬਹੁਤ ਜ਼ਰੂਰੀ ਹੈ।
ਪਰ ਉਹਦੇ ਨਾਲ ਅਸੀਂ ਕੋਈ ਸੋਲੂਸ਼ਨ ਵੀ ਲੈ ਕੇ ਆ ਰਹੇ ਹਾਂ ਇੱਕ ਅੱਜ ਕੱਲ੍ਹ ਇੱਕ ਤਰੀਕਾ ਕੀ ਬਣ ਗਿਆ ਕਿ ਸਿਰਫ ਭੰਡਣਾ ਯੂਨੋ ਸਾਡੀ ਪੋਲੀਟੀਕਲ ਜਮਾਤ ਦੇ ਵਿੱਚ ਖਾਸ ਤੌਰ ਤੇ ਆ ਗਿਆ ਵੀ ਜਿਹੜੀ ਸਾਡੀ ਪਾਰਟੀ ਸਰਕਾਰ ਤੋਂ ਬਾਹਰ ਹੁੰਦੀ ਹੈ ਉਹ ਸਰਕਾਰ ਨੂੰ ਭੰਡਦੀ ਰਹਿੰਦੀ ਹੈ ਯੂਨੋ ਸਰਕਾਰ ਵਾਲੇ ਦੂਜਿਆਂ ਨੂੰ ਕਹਿੰਦੇ ਰਹਿੰਦੇ ਇਹਨਾਂ ਨੇ ਪਹਿਲਾਂ ਕੀ ਕਰਿਆ ਸੀਗਾ ਅਸੀਂ ਕਹਿ ਰਹੇ ਹੁਣ ਕੀ ਕਰਿਆ ਸੀ ਉਵੇਂ ਹੁਣ ਆਮ ਜਿਹੜੇ ਸਾਡੇ ਇਨਫਲੂਐਂਸਰਸ ਉੱਠ ਕੇ ਆਉਣ ਲੱਗੇ ਜਿਹਨਾਂ ਨੂੰ ਆਪਾਂ ਗੱਲ ਕਹਿੰਦੇ ਆ ਉਹਨਾਂ ਨੇ ਵੀ ਆ ਕੇ ਬਟ ਸੋਲੂਸ਼ਨ ਤਾਂ ਕੋਈ ਪੇਸ਼ ਨਹੀਂ ਕਰ ਰਿਹਾ ਹਨਾ ਕਿ ਅਸੀਂ ਕਰਨਾ ਕੀ ਹੈ ਠੀਕ ਹੈ ਪ੍ਰੋਬਲਮ ਹੈ ਮੰਨ ਲਈ ਪ੍ਰੋਬਲਮ ਹੈ ਠੀਕ ਹੈ ਠੀਕ ਹੈ ਨਾ ਹੁਣ ਅਸੀਂ ਕੀ ਆਪਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਸਿਰਫ ਅਸੀਂ ਇਹ ਸਿਖਾ ਰਹੇ ਹਾਂ ਵੀ ਹਾਂ ਯਾਰ ਪ੍ਰੋਬਲਮ ਨੂੰ ਦੇਖੋ ਤੇ ਉਹਨੂੰ ਕੋਸੀ ਚੱਲੋ ਗਾਲਾਂ ਕੱਢੀ ਚੱਲੋ ਪਰ ਕਰੋ ਕੁਛ ਨਾ ਕਿ ਅਸੀਂ ਉਹਨਾਂ ਨੂੰ ਇਹ ਦਿਖਾ ਰਹੇ ਹਾਂ ਵੀ ਨਹੀਂ ਯਾਰ ਆਹ ਪ੍ਰੋਬਲਮ ਸੀ ਆਹ ਵੀ ਲੋਕ ਸੀ ਜਿਨ੍ਹਾਂ ਨੇ ਉਹ ਪ੍ਰੋਬਲਮਾਂ ਨੂੰ ਇਸ ਤਰੀਕੇ ਨਾਲ ਹੱਲ ਕਰਿਆ ਤੇ ਆਪਾਂ ਵੀ ਕਰ ਸਕਦੇ ਠੀਕ ਹੈ ਸੋ ਮੇਰਾ ਕੁਐਸਚਨ ਸਿਰਫ ਉੱਥੇ ਆ ਜਾਂਦਾ ਹੈ ਪਰ ਰਾਹੁਲ ਨੂੰ ਕੀ ਲੋੜ ਪੈ ਗਈ ਰਾਹੁਲ ਤਾਂ ਜੇਕਰ ਮੈਂ ਗੱਲ ਕਰਾਂ ਸਿੱਧੇ ਤੌਰ ਤੇ ਲੋਕਾਂ ਦਾ ਕਹਿਣਾ ਦੇਣ ਤੁਹਾਡੀ ਹੈ ਤੁਹਾਡੇ ਪਰਿਵਾਰ ਵੱਲੋਂ ਵੀ ਤਾਂ ਮੁੱਖ ਮੰਤਰੀ ਦਾ ਉਹਦਾ ਮਾਣਿਆ ਗਿਆ ਉੱਥੇ ਸੱਤਾ ਦੇ ਵਿੱਚ ਰਹੇ ਹੋ ਕਾਫੀ ਲੰਮਾ ਸਮਾਂ ਰਹੇ ਹੋ ਫਿਰ ਕਦੇ ਕਿਹਦੀ ਵਾਰੀ ਆ ਜਾਂਦੀ ਹੈ ਸਿਆਸੀ ਜਮਾਤ ਤਾਂ ਤੁਹਾਡੇ ਵਿੱਚ ਹੀ ਆਉਂਦੀ ਹੈ ਤੁਹਾਡੇ ਵਰਗ 'ਚ ਹੀ ਆਉਂਦੀ ਹੈ ਫਿਰ ਤੁਹਾਨੂੰ ਕੀ ਲੋੜ ਪੈ ਗਈ ਅੱਜ ਇਹ ਮੁੱਦਿਆਂ ਦੀ ਗੱਲ ਕਰਨ ਦੀ ਤੇ ਦੇਣ ਤੁਹਾਡੀ ਆ ਦੇਖੋ ਜੀ ਮੈਂ ਜਿਸ ਪਰਿਵਾਰ ਤੋਂ ਬਿਲੋਂਗ ਕਰਦਾ ਜਿਵੇਂ ਮੇਰੇ ਨਾਨਾ ਜੀ ਨੇ ਦੇਸ਼ ਦੀ ਆਜ਼ਾਦੀ ਲਈ ਸਾਰਾ ਕੁਝ ਵਾਰਤਾ ਆਪਣੀ ਜ਼ਮੀਨਾਂ ਜਜ਼ਾਤਾਂ ਪੂਰਾ ਪਰਿਵਾਰ ਪੂਰੀ ਜ਼ਿੰਦਗੀ ਵਾਰੀ ਸੋ ਸਾਡੇ ਛੋਟੇ ਹੁੰਦੇ ਤੋਂ ਹੀ ਜਦੋਂ ਮਤਲਬ ਗੁੱਡੇ ਗੁੱਡੀਆਂ ਦੀਆਂ ਕਹਾਣੀਆਂ ਸੁਣਨ ਦੀ ਬਜਾਏ ਅਸੀਂ ਨਾਨਾ ਨਾਨੀਆਂ ਤੋਂ ਦੇਸ਼ ਭਗਤੀ ਦੀ ਕਹਾਣੀਆਂ ਸੁਣਦੇ ਠੀਕ ਹੈ ਸੋ ਜਦੋਂ ਵੀ ਜਿਸ ਵਕਤ ਸਾਡੀ ਸੋਸਾਇਟੀ ਨੂੰ ਕਿਸ ਚੀਜ਼ ਦੀ ਲੋੜ ਹੈ ਉਹਦੇ ਲਈ ਅਸੀਂ ਇਹ ਨਹੀਂ ਦੇਖਦੇ ਵੀ ਇਹਦੇ ਅੰਦਰ ਸਾਨੂੰ ਫਾਇਦਾ ਹੋਊਗਾ ਨੁਕਸਾਨ ਹੋਊਗਾ ਸਾਡੇ 'ਤੇ ਉਂਗਲ ਚੱਕੀ ਜਾਊਗੀ ਜਾਂ ਨਾ ਚੱਕੀ ਜਾਊਗੀ ਤਾਂ ਉਹ ਅੰਦਰੋਂ ਅੱਗ ਲੱਗਦੀ ਵੀ ਨਹੀਂ ਯਾਰ ਇਹਦੇ ਬਾਰੇ ਕੁਛ ਕਰੀਏ ਠੀਕ ਹੈ ਨਾ ਸੋ ਰਾਦਰ ਦੈਨ ਸੇਇੰਗ ਵੀ ਹਾਂਜੀ ਆਹ ਕਿੱਥੋਂ ਹੋਇਆ ਕਿਵੇਂ ਹੋਇਆ ਮੈਂ ਗੱਲ ਇਹ ਕਰਨਾ ਚਾਹੁੰਦਾ ਵੀ ਕਰਨਾ ਕੀ ਹੈ ਯਾਰ ਅੱਜ ਕੀ ਹੱਲ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਤਾਕਤ ਦੀ ਰਹਿਣ ਦੀ ਅਗਰ ਦੇਖਿਆ ਜਾਵੇ ਬੀਬੀ ਜੀ 97 ਦੇ ਵਿੱਚ ਮੁੱਖ ਮੰਤਰੀ ਬਣੇ ਸੀਗੇ ਐਂਡ ਫੋਰ ਅ ਸ਼ਾਰਟ ਪੀਰੀਅਡ ਥੋੜੇ ਸਮੇਂ ਲਈ ਹੈ ਨਾ ਤੇ ਉਸ ਵੇਲੇ ਦੀਆਂ 51 ਨਕਾਤੀ ਪ੍ਰੋਗਰਾਮ ਜਿਹੜੇ ਬੀਬੀ ਜੀ ਨੇ ਉਦੋਂ ਲੈ ਕੇ ਆਏ ਸੀ ਜੇ ਤੁਸੀਂ ਅੱਜ ਵੀ ਕੱਢ ਕੇ ਦੇਖ ਲਓ ਮੈਂ ਕਹਿੰਦਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਚਾਹੇ ਸਾਡੀਆਂ ਹੋਣ ਚਾਹੇ ਦੂਜੀਆਂ ਹੋਣ ਉਹ ਮਿਲ ਕੇ ਉਹ ਪਲਾਨ ਤੇ ਜੋ ਵਿਜ਼ਨ ਉਹ 51 ਨਕਾਤੀ ਪ੍ਰੋਗਰਾਮ ਦੇ ਵਿੱਚ ਫਿਊਚਰ ਆਫ ਪੰਜਾਬ ਦੀ ਸੀਗੀ ਅਗਰ ਉਹਨੂੰ ਇੰਪਲੀਮੈਂਟ ਕਰਿਆ ਹੁੰਦਾ ਤਾਂ ਅੱਜ ਪੰਜਾਬ ਦੀ ਸਥਿਤੀ ਅਲੱਗ ਹੁੰਦੀ ਤੁਹਾਡੀ ਆਪਦੀ ਪਾਰਟੀ ਨੇ ਵੀ ਨਹੀਂ ਕੀਤਾ ਬਾਅਦ 'ਚੋਂ ਬਹੁਤ ਵਾਰੀ ਸਰਕਾਰ ਰਹੀ ਉਹਨਾਂ ਦੀ ਫਿਰ ਉਹ ਤਾਂ ਹੁਣ ਜਿਹੜੇ ਸਰਕਾਰ 'ਚ ਰਹੇ ਜੀ ਉਹਨਾਂ ਨੂੰ ਪੁੱਛਣਾ ਪਊਗਾ ਨਾ ਤਾਂ ਹੀ ਅੱਜ ਉਹ ਪਾਰਟੀ 'ਚੋਂ ਬਾਹਰ ਨੇ ਇਸ ਕਰਕੇ ਰਾਹੁਲ ਨੂੰ ਅਜੇ ਲੋੜ ਪੈ ਗਈ ਆਵਾਜ਼ ਚੱਕਣ ਦੀ ਨਹੀਂ ਦੇਖੋ ਮੈਨੂੰ ਇੱਕ ਜਦੋਂ ਦੇਖਦੇ ਆ ਨਾ ਯਾਰ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਹੁਣ ਮੈਂ ਵੀ ਇੱਕ ਦੋ ਬੱਚਿਆਂ ਦਾ ਬਾਪ ਹਾਂ ਜੀ ਟੀਨੇਜਰਸ ਮੇਰੇ ਵੀ ਬੱਚੇ ਹੁੰਦੇ ਜਾ ਰਹੇ ਬਿਲਕੁਲ ਸੋ ਉਹਨਾਂ ਦੇ ਜਦੋਂ ਮੈਂ ਵਿਊਜ਼ ਦੇਖਦਾ ਉਹਨਾਂ ਦੀ ਜਦੋਂ ਮੈਂ ਸੋਚ ਦੇਖਦਾ ਤਾਂ ਇੱਕ ਚਿੰਤਾ ਖੜੀ ਹੋ ਰਹੀ ਹੈ ਵੀ ਯਾਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਵੇਅਰ ਆਰ ਵੀ ਗੋਇੰਗ ਸੋ ਜ਼ਰੂਰਤ ਉਸ ਚੀਜ਼ ਦੀ ਪਈ ਜੇ ਸਿਆਸੀ ਜ਼ਰੂਰਤ ਹੁੰਦੀ ਤਾਂ ਫਿਰ ਹੋਰ ਬਹੁਤ ਅੱਛੇ ਰਸਤੇ ਨੇ ਠੀਕ ਹੈ ਸਰਕਾਰ ਨੂੰ ਭੰਡਣਾ ਇੱਕ ਬਹੁਤ ਈਜ਼ੀ ਰਸਤਾ ਹੈ ਅੱਜ ਦੀ ਡੇਟ ਦੇ ਵਿੱਚ ਖਾਸ ਤੌਰ ਤੇ ਜਿਵੇਂ ਕਮੀਆਂ ਦੇਖੋ ਸਾਡੀ ਕਾਂਗਰਸ ਤੋਂ ਵੀ ਬਹੁਤ ਰਹੀਆਂ ਹੋਣੀਆਂ ਕਮੀਆਂ ਸਾਰੀਆਂ ਸਰਕਾਰਾਂ ਤੋਂ ਰਹਿੰਦੀਆਂ ਨੇ ਕਿਉਂਕਿ 100% ਕੋਈ ਨਹੀਂ ਕਰ ਸਕਦਾ ਠੀਕ ਹੈ ਜੀ ਅੱਜ ਜੇ ਦੇਸ਼ ਨੂੰ ਬਿਲਡ ਕਰਿਆ ਤਾਂ ਉਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਾਡੀ ਕਾਂਗਰਸ ਪਾਰਟੀ ਦਾ ਹੈ ਚਾਹੇ ਉਹ ਆਈਟੀ ਦਾ ਯੁੱਗ ਹੋਵੇ ਚਾਹੇ ਕੁਝ ਵੀ ਹੋਵੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰਾ ਤੁਸੀਂ ਕਹਿੰਦੇ ਹੋ ਨਾ ਇਹ ਤੁਸੀਂ ਕਹਿੰਦੇ ਹੋ 2014 ਦੇ ਵਿੱਚ ਸੱਤਾ ਦੇ ਵਿੱਚ ਆਈ ਪਾਰਟੀ ਕਹਿੰਦੀ ਹੈ ਕਿ ਦੇਸ਼ ਨੂੰ ਆਜ਼ਾਦੀ 2014 'ਚ ਮਿਲੀ ਕਾਂਗਰਸ ਨੇ ਕੀਤਾ ਕਿ 70 ਸਾਲ ਨਹੀਂ ਉਹੀ ਤਾਂ ਗੱਲ ਹੈ ਨਾ ਜੀ ਉਹ ਉਹਨਾਂ ਦੀ ਸੋਚ ਹੈ ਠੀਕ ਹੈ ਨਾ ਹੁਣ ਜੇ ਮੈਂ ਇੱਕ ਸਿਆਸੀ ਡਿਬੇਟ 'ਚ ਜਾਣਾ ਹੁੰਦਾ ਤਾਂ ਮੈਂ ਇਹੋ ਜਿਹਾ ਮੁੱਦਾ ਚੱਕ ਕੇ ਉਹਦੇ 'ਚ ਬਹੁਤ ਵਧੀਆ ਡਿਬੇਟ ਦੇ ਸਕਦਾ ਸੀਗਾ ਬਟ ਮੈਂ ਕਹਿੰਦਾ ਅੱਜ ਜੇ ਇਸ ਮੁੱਦਾ ਚੱਕਿਆ ਮੈਂ ਤਾਂ ਇਹਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਠੀਕ ਵੀ ਅੱਜ ਚਾਹੇ ਉਹ ਕੋਈ ਕਾਂਗਰਸੀ ਹੈ ਚਾਹੇ ਅਕਾਲੀ ਹੈ ਚਾਹੇ ਆਮ ਆਦਮੀ ਪਾਰਟੀ ਦੇ ਚਾਹੇ ਬੀਜੇਪੀ ਬੱਚੇ ਸਾਡੇ ਸਾਰਿਆਂ ਦੇ ਹੈ ਭਵਿੱਖ ਸਾਡਾ ਸਾਰਿਆਂ ਦਾ ਹੈ ਦੇਸ਼ ਸਾਡਾ ਸਾਰਿਆਂ ਦਾ ਤਾਂ ਸਾਨੂੰ ਆਪਦੀ ਰਾਜਨੀਤੀ ਨੂੰ ਥੋੜ੍ਹੀ ਦੇਰ ਲਈ ਸਾਈਡ ਰੱਖ ਕੇ ਇਹ ਵੀ ਦੇਖਣਾ ਚਾਹੀਦਾ ਵੀ ਜਿਹੜੀ ਸਾਡੀ ਨੌਜਵਾਨੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਕਿੰਨਾਂ ਨੂੰ ਫੋਲੋ ਕਰ ਰਹੀ ਹੈ ਕਿਹੜੀ ਸੋਚ ਰਾਹੁਲ ਸਿੰਪਲ ਸਿੱਧਾ ਸਿੱਧਾ ਸਵਾਲ ਹੈ ਕਿ ਜਿਹੜੇ ਲੋਕ ਸੱਤਾ 'ਚ ਹੁੰਦੇ ਨੇ ਜਾਂ ਜਿਹੜੇ ਲੋਕ ਸੱਤਾ ਦਾ ਆਨੰਦ ਮਾਣਦੇ ਨੇ ਜਾਂ ਉਹਨਾਂ 'ਚ ਹੁਣ ਬਾਹਰ ਵੀ ਹੋ ਗਏ ਨੇ ਤਾਂ ਸਿੱਧੇ ਤੌਰ 'ਤੇ ਇਹ ਮੰਨਿਆ ਜਾਂਦਾ ਕਿ ਇਹਨਾਂ ਦੀ ਆਪਸ 'ਚ ਬਣਦੀ ਹੈ ਸਰਕਾਰ ਜੀ ਦੀ ਮਰਜ਼ੀ ਇਹਨਾਂ ਦੇ ਕੰਮ ਹੋ ਜਾਂਦੇ ਨੇ ਅੱਜ ਰਾਹੁਲ ਨੂੰ ਡਰ ਕਿਸ ਦਾ ਸਤਾ ਰਿਹਾ ਆ ਮੈਨੂੰ ਡਰ ਦੇਸ਼ ਦੇ ਭਵਿੱਖ ਦਾ ਸਤਾ ਰਿਹਾ ਮੈਨੂੰ ਡਰ ਅੱਜ ਤੋਂ ਹੋਰ 10-15-20 ਸਾਲ ਦੇ ਬਾਅਦ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਕੌਣ ਲੀਡ ਕਰੂਗਾ ਸਾਡੇ ਪੰਜਾਬ ਦੀ ਭਵਿੱਖ ਕਿਸ ਤਰ੍ਹਾਂ ਦਾ ਆਊਗਾ ਲੀਡ ਨੋਟ ਓਨਲੀ ਇਨ ਪੋਲੀਟਿਕਸ ਲੀਡ ਇਨ ਆਲ ਦ ਫੀਲਡਸ ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਸਪੋਰਟਸ ਹੈ ਚਾਹੇ ਕੁਛ ਵੀ ਅਸੀਂ ਅਗਲੀ ਪਨੀਰੀ ਕਿਹੋ ਜਿਹੀ ਪੈਦਾ ਕਰ ਰਹੇ ਹਾਂ ਮੈਨੂੰ ਉਸ ਚੀਜ਼ ਦਾ ਡਰ ਸਤਾ ਰਿਹਾ ਤਾਂ ਹੀ ਮੈਂ ਇੱਕ ਨੋਨ ਪੋਲੀਟੀਕਲ ਲੈਵਲ 'ਤੇ ਇਹ ਗੱਲ ਉੱਠ ਕੇ ਕਰ ਰਹੇ ਹਾਂ ਖਾਸ ਤੌਰ 'ਤੇ ਜੋ ਪਲਾਇਨ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਅੱਜ ਅਗਰ ਦੇਖਿਆ ਜਾਵੇ ਜੀ ਦੋ ਚੀਜ਼ਾਂ ਸਮਝੀਆਂ ਜਾਂਦੀਆਂ ਹੁਣ ਮੈਂ ਪਿੰਡਾਂ ਦੇ ਵਿੱਚ ਜਾਂਦਾ ਦੇਖਦਾ ਠੀਕ ਹੈ ਇਹ ਸਾਰੀਆਂ ਹੁੰਦਾ ਵੀ ਜੀ ਜਿਹੜੀ ਤਾਕਤ ਦੇ ਵਿੱਚ ਸਰਕਾਰ ਪਾਰਟੀ ਨਹੀਂ ਹੈਗੀ ਉਹ ਕਹਿ ਰਹੀ ਹੈ ਜੀ ਬੇਰੁਜ਼ਗਾਰੀ ਬਹੁਤ ਵੱਧ ਰਹੀ ਹੈ ਜਿਹੜੀ
ਸਾਰਿਆਂ ਸਾਰੀ ਜਿਹਨੂੰ ਕਹਿੰਦੇ ਪਬਲਿਕ ਨੂੰ ਤਾਂ ਨੌਕਰੀ ਦੇ ਨਹੀਂ ਸਕਦੀ। ਜੇ 100 ਕਰੋੜ ਸਾਡੀ ਆਬਾਦੀ ਹੈ ਤਾਂ 100 ਦਾ 100 ਕਰੋੜ ਆਬਾਦੀ ਸਰਕਾਰੀ ਨੌਕਰੀ ਤਾਂ ਨਹੀਂ ਕਰੂਗਾ। ਇਹ ਕੰਮ ਮੁਨ ਫੰਡਾ ਆ ਮੈਂ ਜਿਹੜੀ ਕਿ ਜਿੰਨੀ ਕੁ ਆਬਾਦੀ ਹੁੰਦੀ ਉਹਦੇ 10% ਜਿਹੜੀ ਇੱਕ ਸਰਕਾਰੀ ਨੌਕਰੀ ਹੁੰਦੀ ਆ। ਮੂਮਨ ਫੰਡਾ ਆ ਇਹ ਆਮ ਜਾਇਆ ਜਿਦਕਰ ਅਸੀਂ ਪੰਜਾਬ 3 ਕਰੋੜ ਆਬਾਦੀ ਹੈ ਤਾਂ ਉਸ ਮੁਤਾਬਿਕ ਸਿਰਫ ਇੱਕ ਪਰਸੈਂਟੇਜ ਆਫ ਪੀਪਲ ਹੈ ਜਿਹੜੇ ਸਰਕਾਰ ਦੇ ਬੰਦੇ ਹੋਣ। ਕਿਉਂਕਿ ਸਰਕਾਰ 'ਚ ਜੇ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਲੋਕਾਂ ਦੀ ਸੇਵਾ ਲਈ ਕਰ ਰਹੇ ਹੋ ਨਾ। ਜੇ ਸਾਰੇ ਲੋਕ ਹੀ ਨੌਕਰੀ 'ਚ ਆ ਗਏ ਤਾਂ ਸੇਵਾ ਕਿਹਦੀ ਕਰੋਗੇ? ਸੋ ਸਾਨੂੰ ਉਹਦੇ ਨਾਲ ਪੈਰਲਰ ਕੀ ਓਪਰਚੁਨਿਟੀਜ਼ ਖੜੀਆਂ ਕਰ ਰਹੇ ਹਾਂ। ਸਾਡੇ ਬੱਚੇ ਬਾਹਰ ਕਿਉਂ ਭੱਜ ਰਹੇ ਨੇ? ਠੀਕ ਹੈ, ਸਾਡੇ ਇੱਥੇ ਕਿਉਂ ਨਹੀਂ ਐਂਟਰਪ੍ਰੀਨਿਓਰਸ਼ਿਪ? ਖਾਸ ਤੌਰ 'ਤੇ ਬ੍ਰਦਰ ਅੱਜ ਦਾ ਜਿਹੜਾ ਯੁੱਗ ਹੈ, ਅੱਜ ਦਾ ਜਿਹੜਾ ਸਮਾਂ ਹੈ ਸਟਾਰਟਅਪ ਦਾ ਸਮਾਂ, ਅੱਜ ਛੋਟੇ ਛੋਟੇ ਬੱਚੇ ਨਵੇਂ ਨਵੇਂ ਆਈਡੀਆ ਲੈ ਕੇ ਆ ਕੇ ਰਾਤੋਂ ਰਾਤ ਮਿਲੀਨੀਅਰ ਬਿਲੀਨੀਅਰ ਬਣ ਰਹੇ ਨੇ। ਅੱਜ ਸਾਡੇ ਕਈ ਨੌਜਵਾਨ ਪੁਰਾਣੀਆਂ ਕੰਮਾਂ ਨੂੰ ਹੀ ਨਵੇਂ ਤਰੀਕੇ ਨਾਲ ਪੇਸ਼ ਕਰਕੇ ਵਧੀਆ ਰੁਜ਼ਗਾਰ ਕਮਾ ਰਹੇ ਨੇ। ਈਵਨ ਚਾਹੇ ਖੇਤੀ ਹੋਵੇ ਫੋਰ ਦੈਟ ਮੈਟਰ। ਆਪਣੇ ਅੱਜ ਕਿਹਾ ਜਾਂਦਾ ਵੀ ਜੀ ਕਿਸਾਨ ਕਰਜ਼ੇ ਦੇ ਵਿੱਚ ਡੁੱਬ ਕੇ ਫਾਇਦਾ ਲੈ ਰਿਹਾ, ਕਿਸਾਨ ਮਰ ਰਿਹਾ। ਪਰ ਮੈਂ ਤੁਹਾਨੂੰ ਇਹੋ ਜਿਹੇ ਕਿੰਨੇ ਐਗਜ਼ਾਮਪਲ ਦੇ ਸਕਦਾ ਜਿਹੜੇ ਸਾਡੇ ਨੌਜਵਾਨਾਂ ਨੇ ਉਹੀ ਖੇਤੀ ਨੂੰ ਉਹੀ ਛੋਟੇ ਛੋਟੇ ਜ਼ਮੀਨ ਦੇ ਟੁਕੜਿਆਂ ਤੋਂ ਨਵੇਂ ਤਰੀਕੇ ਨਾਲ ਮਾਡਰਨਾਈਜੇਸ਼ਨ ਕਰਕੇ ਅੱਜ ਵਧੀਆ ਪੈਸਾ ਲੱਖਾਂ ਰੁਪਏ ਕਮਾ ਰਹੇ। ਕਰਜ਼ੇ ਦੀ ਦੇਣ ਸਰਕਾਰਾਂ ਦੀ ਹੈ, ਨੌਜਵਾਨ ਤਾਂ ਘੁਲਦੇ ਨੇ, ਨੌਜਵਾਨ ਮਿੱਟੀ 'ਚੋਂ ਸੋਨਾ ਉਗਾ ਕੇ ਬਿਲਕੁਲ ਕੋਸ਼ਿਸ਼ ਕਰ ਰਹੇ ਨੇ ਆਪਦੇ ਸਿਰੋਂ ਭਾਰ ਲਾਉਣ ਦਾ। ਨਹੀਂ ਦੇਖੋ, ਮੈਂ ਅਗੇਨ ਗੱਲਾਂ ਦੋ ਨੇ ਜੀ, ਤੁਸੀਂ ਪੋਲੀਟੀਕਲ ਵਾਲੇ ਪਾਸੇ ਨੂੰ ਗੱਲ ਖਿੱਚ ਕੇ ਲੈ ਕੇ ਜਾ ਰਹੇ। ਮੈਨੂੰ ਇੱਕ ਚੀਜ਼ ਮੈਂ ਸਮਝਣੀ ਚਾਹੁੰਦਾ ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ ਕਿ ਰਾਹੁਲ ਜੋ ਗੱਲਾਂ ਕਰ ਰਹੇ ਨੇ ਬਹੁਤ ਚੰਗੀਆਂ ਗੱਲਾਂ ਕਰ ਰਹੇ ਨੇ, ਅਸੀਂ ਇਹ ਮੰਨ ਲਈਏ ਰਾਹੁਲ ਸੱਤਾ ਤੋਂ ਬਾਹਰ ਨੇ ਤਾਂ ਇਹ ਗੱਲਾਂ ਕਰ ਰਹੇ ਨੇ। ਨਹੀਂ ਦੇਖੋ, ਮੈਂ ਤਾਂ ਨਾ ਸੱਤਾ ਦੇ ਵਿੱਚ ਸੀ ਨਾ ਬਾਹਰ ਹਾਂ, ਠੀਕ ਹੈ। ਮੇਰੀ ਤਾਂ ਜ਼ਿੰਦਗੀ ਦੀ ਸਟਾਰਟਿੰਗ ਹੈ ਇੱਕ ਤਰ੍ਹਾਂ ਨਾਲ ਅਗਰ ਦੇਖਿਆ ਜਾਵੇ, ਪਬਲਿਕ ਲਾਈਫ ਦੀ ਸਟਾਰਟਿੰਗ ਹੈ, ਠੀਕ ਹੈ। ਮੇਰੇ ਮਦਰ ਸੀਐਮ ਰਹੇ ਨੇ, ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਉਹ ਭਾਵਨਾ ਮੇਰੇ 'ਚ ਵੀ ਹੈ, ਠੀਕ ਹੈ। ਪਰ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਮੰਗੂ, ਮੈਨੂੰ ਮੇਰੇ ਮਦਰ ਨੇ ਸਟਾਰਟਿੰਗ 'ਚ ਇਹੀ ਕਿਹਾ ਗਿਆ ਵੀ ਬੇਟਾ ਮੈਂ ਇਹ ਨਹੀਂ ਚਾਹੁੰਦੀ ਵੀ ਰਾਜਨੀਤੀ ਤੇਰੀ ਰੋਜ਼ੀ ਰੋਟੀ ਦਾ ਸਾਧਨ ਬਣੇ, ਠੀਕ ਹੈ। ਕਿਉਂਕਿ ਜਦੋਂ ਸਾਡਾ ਘਰ ਕਿਵੇਂ ਚੱਲਣਾ, ਸਾਡੇ ਪਰਿਵਾਰ ਕਿਵੇਂ ਚੱਲਣੇ ਆ, ਉਹ ਰਾਜਨੀਤੀ 'ਤੇ ਡਿਪੈਂਡ ਹੋਜੂਗਾ, ਤਾਂ ਅਸੀਂ ਵੀ ਲੋਕਾਂ ਦੀ ਜੇਬਾਂ ਕਿਹੜੀ ਦੇਖਣ ਲੱਗ ਜਾਂਦੇ, ਠੀਕ ਹੈ। ਸੋ ਸਾਨੂੰ ਪਤਾ ਹੈ ਵੀ ਸਾਨੂੰ ਕਿਸ ਤਰੀਕੇ ਨਾਲ ਫਾਈਨੈਂਸ਼ੀਅਲ ਤੰਗੀ ਦੇ ਵਿੱਚੋਂ ਗੁਜ਼ਰ ਰਹੇ ਸੀ, ਉਸ ਤੋਂ ਬਾਅਦ ਕਾਰੋਬਾਰ ਚੱਲਿਆ ਅਤੇ ਉਹ ਕਾਰੋਬਾਰ ਨੇ ਹੀ ਅੱਜ ਤੱਕ ਸਾਨੂੰ ਪਾਲਿਆ। ਸੋ ਮੇਰੀ ਵੀ ਸੋਚ ਇਹੀ ਸੀ ਕਿ ਜਿਹੜੀ ਰਾਜਨੀਤੀ ਹੈ ਉਹ ਮੇਰੇ ਲਈ ਪੈਸ਼ਨ ਹੋਣਾ ਚਾਹੀਦਾ, ਲੋਕਾਂ ਦੀ ਸੇਵਾ ਦਾ ਜ਼ਰੀਆ ਹੋਣਾ ਚਾਹੀਦਾ, ਕਮਾਈ ਦਾ ਜ਼ਰੀਆ ਨਹੀਂ ਹੋਣਾ ਚਾਹੀਦਾ। ਸੋ ਮੈਂ, ਤੁਸੀਂ ਦੇਖੋ, ਇੱਕ ਮੁੱਖ ਮੰਤਰੀ ਦਾ ਬੇਟਾ ਹੋਣ ਤੋਂ ਬਾਵਜੂਦ ਜਦੋਂ ਮੈਂ 2002-03 ਦੇ ਵਿੱਚ ਇੱਥੇ ਆਇਆ, ਮੇਰੇ ਮਦਰ ਵਾਸ ਲੀਡਿੰਗ ਦ ਸਟੇਟ, ਹੈ ਨਾ, ਅਤੇ ਉਹ ਜੇ ਚਾਹੁੰਦੇ ਮੈਨੂੰ ਕੁਛ ਵੀ ਬਣਾ ਸਕਦੇ ਸੀ, ਕਿਸੇ ਵੀ ਅਹੁਦੇ 'ਤੇ ਮੈਂ ਜਾ ਸਕਦਾ ਸੀਗਾ, ਕਿੰਨੇ ਹੀ ਭਰਾਵਾਂ ਨੂੰ ਮੈਂ ਅੱਗੇ ਪੁਸ਼ ਕਰਕੇ ਅੱਗੇ ਲੈ ਕੇ ਆਇਆ। ਪਰ ਸਾਡੀ ਇਹੀ ਸੋਚ ਸੀ ਵੀ ਨਹੀਂ, ਪਹਿਲਾਂ ਮੈਨੂੰ ਆਪਦੇ ਪੈਰਾਂ 'ਤੇ ਖੜਾ ਹੋਣਾ ਚਾਹੀਦਾ, ਮੈਨੂੰ ਆਪਦਾ ਕੋਈ ਰੁਜ਼ਗਾਰ ਕੋਈ ਰੋਜ਼ੀ ਰੋਟੀ ਦਾ ਸਾਧਨ ਕਰਨਾ ਚਾਹੀਦਾ ਆਪਦੇ ਪਰਿਵਾਰ ਨੂੰ, ਕਿਉਂਕਿ ਦੇਖੋ ਮੈਂ ਸਮਝਦਾ ਅਗਰ ਇੱਕ ਪੋਲੀਟੀਕਲ ਬੰਦੇ ਦੀ ਜ਼ਿੰਮੇਵਾਰੀ ਸਟੇਟ ਪ੍ਰਤੀ ਹੈ, ਲੋਕਾਂ ਪ੍ਰਤੀ ਹੈ, ਤਾਂ ਉਹਦੇ ਨਾਲ ਨਾਲ ਸਾਡੀ ਜ਼ਿੰਮੇਵਾਰੀ ਸਾਡੇ ਪਰਿਵਾਰ ਪ੍ਰਤੀ ਵੀ ਹੈ, ਕਿਉਂਕਿ ਅਸੀਂ ਕੋਈ ਸੰਤ ਮਹਾਤਮਾ ਨਹੀਂ ਹਾਂ ਵੀ ਅਸੀਂ ਕਹੀਏ ਜੀ ਅਸੀਂ ਬਾਲ ਬੱਚੇ ਛੱਡ ਕੇ ਬਾਹਰ ਨਿਕਲੇ ਵੇ ਹਾਂ, ਅਸੀਂ ਚਾਹੁੰਦੇ ਹਾਂ ਸਾਡੇ ਬੱਚਿਆਂ ਨੂੰ ਚੰਗੀਆਂ ਜ਼ਿੰਦਗੀਆਂ ਮਿਲਣ, ਸਾਡੇ ਬੱਚਿਆਂ ਨੂੰ ਇੱਕ ਚੰਗੀ ਲਾਈਫ ਮਿਲ। ਸੋ ਉਹਦਾ ਜਦੋਂ ਤੁਸੀਂ ਇੰਤਜ਼ਾਮ ਕਰਨ ਲਈ ਮਿਹਨਤ ਕਰੋ, ਠੀਕ ਹੈ ਨਾ, ਉਹਦੇ ਨਾਲ ਤੁਹਾਡਾ ਜਿਹੜਾ ਵੀ ਪੈਸ਼ਨ ਪ੍ਰੋਜੈਕਟ ਹੈ, ਮੇਰਾ ਲੋਕਾਂ ਦੀ ਸੇਵਾ ਪੈਸ਼ਨ ਹੈ, ਕਿਸੇ ਦਾ ਸਿੰਗਿੰਗ ਹੋ ਸਕਦਾ, ਕਿਸੇ ਦਾ ਕੁਝ ਹੋਰ ਹੋ ਸਕਦਾ, ਉਹ ਤੁਸੀਂ ਨਾਲ ਪੈਸ਼ਨ ਨੂੰ ਵੀ ਅੱਗੇ ਲੈ ਕੇ ਚੱਲੋ ਪਰ ਨਾਲ ਰੁਜ਼ਗਾਰ ਨੂੰ। ਅੱਜ ਇਹੀ ਚੀਜ਼ ਨੂੰ ਜਦੋਂ ਮੈਂ ਅੱਜ ਮੇਰੇ ਮਦਰ ਦਾ ਮੈਂ ਦੇਖਦਾ ਵੀ ਉਹ ਕਹਿੰਦੇ ਆ ਵੀ ਹਾਂ ਠੀਕ ਹੈ ਹੁਣ ਮੇਰੀ ਏਜ ਕਾਫੀ ਹੋ ਗਈ, ਮੈਂ ਉਹਨਾਂ ਟਾਈਮ ਨਹੀਂ ਦੇ ਸਕਦੀ, ਉਹ ਮਸ਼ਾਲ ਨੂੰ ਅੱਗੇ ਲਿਜਾਣ ਦੀ ਜਦੋਂ ਗੱਲ ਕਰਦੇ ਹਾਂ ਤਾਂ ਮੈਂ ਉਹ ਟ੍ਰੈਡੀਸ਼ਨਲ ਰੂਪ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਵੀ ਹਾਂਜੀ ਪਾ ਕੇ ਇਕੱਲਾ ਸਰਕਾਰਾਂ ਦੇ ਖਿਲਾਫ ਬੋਲ ਕੇ ਅਤੇ ਇਕੱਲਾ ਉਹ ਕਰਕੇ ਆਵਾਂ। ਮੈਂ ਕਹਿੰਦਾ ਯਾਰ ਸਾਡੇ ਪੋਲੀਟੀਸ਼ੀਅਨ ਜਾਂ ਸਾਡੀ ਜਿਹੜੀ ਪੋਲੀਟੀਕਲ ਜਮਾਤ ਹੈ, ਅਸੀਂ ਇਕੱਲੇ ਬਿਆਨ ਦੇਣ ਤੱਕ ਨਾ ਸੀਮਿਤ ਰਹੀਏ, ਠੀਕ ਹੈ, ਅਸੀਂ ਇਕੱਲੀ ਗੱਲ ਕਰਨ ਤੱਕ ਸੀਮਿਤ ਨਾ ਰਹੀਏ, ਅਸੀਂ ਇਕੱਲਾ ਇਹ ਨਾ ਕਹੀਏ ਸਰਕਾਰ ਆਊਗੀ ਫਿਰ ਰੁਜ਼ਗਾਰ ਪੈਦਾ ਕਰਾਂਗੇ ਜਾਂ ਸਰਕਾਰ ਨੇ ਬੇਰੁਜ਼ਗਾਰੀ ਵਧਾ, ਠੀਕ ਹੈ, ਕਿਉਂ ਨਹੀਂ ਕੋਈ ਏਜੰਡਾ ਲੈ ਕੇ ਅਸੀਂ ਅੱਗੇ ਚੱਲਦੇ, ਕਿਉਂ ਨਹੀਂ ਅਸੀਂ ਉਹਦੇ 'ਤੇ ਔਨ ਦਾ ਗਰਾਊਂਡ ਕੋਈ ਐਕਟੀਵਿਟੀ ਕਰਦੇ। ਸੋ ਮੈਂ ਇਹ ਦੇਖ ਰਿਹਾ ਵੀ ਅੱਜ ਜੋ ਸਾਡਾ ਨੌਜਵਾਨ ਹੈ ਉਹਨੂੰ ਯਾਰ ਹਰ ਪਾਸੇ ਪਾਇਆ ਜਾ ਰਿਹਾ। ਸਿੱਧੇ ਤੌਰ 'ਤੇ ਮੈਂ ਮੰਨਦਾ ਕਿ ਇੱਕ ਰਾਹੁਲ ਭਾਰਤ ਜੋੜੋ ਯਾਤਰਾ ਕਰ ਰਹੇ ਨੇ, ਦੂਜੇ ਰਾਹੁਲ ਹੁਣ ਸ਼ਾਇਦ ਪੰਜਾਬ ਜੋੜੋ ਯਾਤਰਾ ਕਰਨਗੇ। ਨਹੀਂ ਨਹੀਂ ਜੀ, ਦੇਖੋ ਉਹ ਤਾਂ ਰਾਹੁਲ ਜੀ ਬਹੁਤ ਸੀਨੀਅਰ ਨੇ, ਅਸੀਂ ਤਾਂ ਉਹ ਤਾਂ ਇੱਕ ਬਹੁਤ ਵੱਡਾ ਉਦਮ ਕਰ ਰਹੇ ਨੇ, ਠੀਕ ਹੈ, ਨਫ਼ਰਤ ਨੂੰ ਮਿਟਾਉਣ ਦਾ, ਠੀਕ ਹੈ, ਜੋ ਸਾਡੇ ਦੇਸ਼ ਨੂੰ ਟੁਕੜਿਆਂ 'ਚ ਵੰਡਿਆ ਹੋਇਆ ਉਸਨੂੰ ਇੱਕ ਨਾਲ ਜੋੜਨ ਦਾ। ਮੇਰੀ ਤਾਂ ਸਿਰਫ ਇੱਕ ਛੋਟਾ ਜਿਹਾ ਇਹ ਸਟੈਪ ਹੈ ਵੀ ਜੋ ਮੈਂ ਆਪਦੀ ਪਰਸਨਲ ਲਾਈਫ ਦੇ ਵਿੱਚ ਜਰਨੀ ਦੇਖੀ ਹੈ ਕਿ ਮੈਂ ਬਾਹਰੋਂ ਪੜ੍ਹ ਕੇ ਆ ਕੇ, ਲੋਕ ਜਦੋਂ ਬਾਹਰ ਨੂੰ ਜਾ ਰਹੇ ਸੀ ਮੈਂ ਇੰਡੀਆ ਨੂੰ ਆ ਰਿਹਾ, ਠੀਕ ਹੈ, ਅਤੇ ਮੈਂ ਇੰਡੀਆ ਦੇ ਵਿੱਚ ਆ ਕੇ ਮੈਂ ਆਪਦੀ ਛੋਟੇ ਜਿਹੇ ਕੰਮ ਸ਼ੁਰੂ ਕਰਕੇ ਉੱਥੋਂ ਮੈਂ ਆਪਦਾ ਕਾਰੋਬਾਰ ਬਿਲਡ। ਰਾਹੁਲ ਤੁਸੀਂ ਕਹਿ ਰਹੇ ਹੋ ਮੈਂ UK ਤੋਂ ਆਇਆ ਜਾਂ ਮੈਂ ਬਾਹਰੋਂ ਆਇਆ, ਮੈਂ ਪੜ੍ਹ ਕੇ ਆਇਆ, ਮੈਂ ਇੱਥੇ ਆ ਕੇ ਕੰਮ ਕੀਤਾ, ਪਰ ਇਹ ਚੀਜ਼ਾਂ ਤਾਂ ਸਿੰਪਲ ਜੀ ਗੱਲ ਹਨ, ਜਿਹੜੇ ਵਰਗ 'ਚ ਤੁਸੀਂ ਉਹਦੇ ਲਈ ਬੜਾ ਆਸਾਨ ਹੈ। ਸਰਕਾਰ ਜਿਹੜੀ ਮਰਜ਼ੀ ਹੋਵੇ, ਲੋਕ ਕਹਿੰਦੇ ਨੇ, ਲੋਕਾਂ 'ਚ ਚਰਚਾ ਆ ਕਿ ਇਹ ਰਾਜਨੇਤਾ ਲੋਕ
ਉੱਥੋਂ ਹੌਲੀ ਹੌਲੀ ਬਿਲਡ ਕਰਿਆ। ਪਰ ਚਲੋ ਮੈਂ ਤੁਹਾਡੀ ਗੱਲ ਨੂੰ ਵੀ ਵੱਡੀ ਕਰ ਦਿੰਦਾ ਕਿ ਠੀਕ ਹੈ ਜੀ, ਮੇਰੇ ਲਈ ਈਜ਼ੀ ਰਿਹਾ ਹੋਣਾ, ਮੈਨੂੰ ਕੋਈ ਫਾਇਦਾ ਮਿਲ ਗਿਆ ਹੋਣਾ। ਇਹੋ ਜਿਹੇ ਹੋਰ ਕਿੰਨੇ ਉਦਾਹਰਨ ਨੇ ਜਿਹੜੇ ਸਾਡੇ ਮੁੰਡੇ ਪਿੰਡਾਂ ਤੋਂ ਆ ਕੇ ਅੱਜ ਵਧੀਆ ਰੋਜ਼ੀ ਰੋਟੀ ਕਮਾ ਰਹੇ ਨੇ। ਠੀਕ ਹੈ, ਕੋਈ ਜਿਹੜੀ ਫੀਲਡ 'ਚ ਵੀ ਆਪਾਂ ਚੱਕ ਕੇ ਦੇਖ ਲਓ, ਚਾਹੇ ਉਹ ਐਡਵਰਟਾਈਜ਼ਿੰਗ ਦੀ ਫੀਲਡ ਹੋਵੇ, ਚਾਹੇ ਇੱਕ ਛੋਟੀ ਜਿਹੀ ਤੁਹਾਨੂੰ ਚੰਡੀਗੜ੍ਹ ਦੀ ਉਦਾਹਰਨ ਦੇਈਏ, ਦੋ ਫੂਡ ਕੰਪਨੀਜ਼ ਨੇ ਜਿਹੜੀਆਂ ਬੂਥਾਂ 'ਚੋਂ ਸ਼ੁਰੂ ਹੋਈਆਂ, ਇੱਕ ਨਿਕ ਬੇਕਰ ਦੇ ਨਾਮ ਦੀ, ਇੱਕ ਅੰਕਲ ਜੈਕ ਦੇ ਨਾਮ ਦੀ, ਦੋਵੇਂ ਮੇਰੇ ਦੋਸਤ ਨੇ, ਮੈਨੂੰ ਬੜੀ ਚੰਗੀ। ਇੱਕ ਛੋਟੇ ਜਿਹੇ ਬੂਥ ਤੋਂ ਸ਼ੁਰੂ ਹੋ ਕੇ ਅੱਜ ਉਹ ਇੱਕ ਵੱਡੇ ਬ੍ਰਾਂਡ ਬਣੇ ਹੋਏ ਨੇ। ਸੋ ਇਹ ਜੀ ਬਹੁਤ ਸਕਸੈਸ ਸਟੋਰੀਜ਼ ਨੇਗੀਆਂ ਜਿਹੜੀਆਂ ਚੱਲੀਆਂ ਨੇ। ਮੈਂ ਕਹਿੰਦਾ ਮੇਰੀ ਗੱਲ ਛੱਡੋ, ਆਪਾਂ ਉਹਨਾਂ ਦੀ ਗੱਲ ਕਰ ਲਈਏ, ਮੈਨੂੰ ਚਲੋ ਸ਼ਾਇਦ ਕੁਝ ਬੈਨੀਫਿਟ ਮਿਲ ਗਿਆ ਹੋਣਾ, ਉਹਨਾਂ ਨੇ ਵੀ ਤਾਂ ਕਿਉਂ ਨਹੀਂ ਹੋ ਰਹੀ ਉਹਨਾਂ ਦੀ ਗੱਲ, ਫਿਰ ਉਹਨਾਂ ਦੀ ਗੱਲ ਕਿਉਂ ਨਹੀਂ ਹੋ ਰਹੀ? ਉਹਨਾਂ ਦੀ ਗੱਲ ਤਾਂ ਨਹੀਂ ਹੋ ਰਹੀ ਕਿ ਉਹ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਵਿਚਰ ਨਹੀਂ ਰਹੇ, ਜਾਂ ਉਹਨਾਂ ਦੀ ਗੱਲ ਤਾਂ ਨਹੀਂ ਹੋ ਰਹੀ ਉਹ ਸਰਕਾਰ ਦੇ ਖਿਲਾਫ ਨਹੀਂ ਬੋਲਦੇ? ਮੈਨੂੰ ਲੱਗਦਾ ਜੀ ਉਹ ਗੱਲ ਇਸ ਲਈ ਨਹੀਂ ਹੋ ਰਹੀ ਕਿਉਂਕਿ ਉਹ ਗੱਲ 'ਚ ਮਸਾਲਾ ਨਹੀਂ ਹੈ। ਯੂਨੋ ਜਿਹੜੀ ਅੱਜ ਅਗੇਨ ਕਮਿੰਗ ਬੈਕ ਟੂ ਵੀ ਸਾਡੇ ਅੱਜ ਕੌਣ ਆਈਡਲਸ ਨੇ, ਅੱਜ ਸਾਡਾ ਨੌਜਵਾਨ ਕਿਹਨੂੰ ਫੋਲੋ ਕਰ ਰਿਹਾ, ਅਗਰ ਆਪਾਂ ਅੱਜ ਸੋਸ਼ਲ ਮੀਡੀਆ ਨੂੰ ਚੱਕ ਕੇ ਦੇਖੀਏ, ਟ੍ਰੈਂਡਿੰਗ ਚੱਕ ਕੇ ਦੇਖੀਏ, ਅੱਜ ਸਾਡੀ ਕੌਣ ਟ੍ਰੈਂਡ ਕਰ ਰਿਹਾ? ਲੱਖਾ ਸਿਡਾਨਾ ਜੀ ਟ੍ਰੈਂਡ ਕਰ ਰਹੇ ਨੇ, ਸਾਡੇ ਅੰਮ੍ਰਿਤਪਾਲ ਜੀ ਟ੍ਰੈਂਡ ਕਰ ਰਹੇ ਨੇ, ਸਾਡੇ ਮਤਲਬ ਆਈਡੀਅਲਸ ਕੌਣ ਨੇਗੇ, ਉਹ ਕਿਸ ਤਰ੍ਹਾਂ ਦੀ ਗੱਲ ਕਰਦੇ ਹੈ, ਉੱਧਰ ਨੂੰ ਹੀ ਦੁਨੀਆ ਚੰਗੀ ਗੱਲ ਨਹੀਂ ਕਰਦੇ? ਨਹੀਂ ਨਹੀਂ, ਮੈਂ ਨਹੀਂ ਕਿਹਾ ਚੰਗੀ ਕਰਦੇ ਕਿ ਮਾੜੀ ਕਰਦੇ, ਮੈਂ ਕਹਿੰਦਾ ਵੀ ਆਪਾਂ ਇਹ ਦੇਖੀਏ ਵੀ ਅਸੀਂ ਕਿਹਨੂੰ ਫੋਲੋ ਕਰਦੇ ਹਾਂ, ਹੈ ਨਾ। ਉੱਥੇ ਅਗਰ ਸਾਡੇ ਸੋਸ਼ਲ ਮੀਡੀਆ 'ਤੇ ਨਾਲ ਕੁਝ ਐਂਟਰਪ੍ਰੀਨਿਓਰਸ ਵੀ ਅੱਗੇ ਆਏ ਹੋਣ, ਜਿਹੜੇ ਬਾਕੀ ਲੋਕ ਕਰ ਰਹੇ ਨੇ ਉਹ ਤਾਂ ਕਰ ਰਹੇ ਨੇ, ਬਹੁਤ ਅੱਛੀ ਗੱਲ ਹੈ, ਬਟ ਨਾਲ ਉੱਥੇ ਕਿਉਂ ਨਹੀਂ ਸਾਡੇ ਮੁੰਜਾਲਸ ਵੀ ਟ੍ਰੈਂਡ ਕਰਦੇ? ਕਿਉਂ ਨਹੀਂ ਸਾਡੇ ਸੁਨੀਲ ਮਿੱਤਰ ਏਅਰਟੈਲ ਵਾਲੇ ਟ੍ਰੈਂਡ ਕਰਦੇ? ਕਿਉਂ ਨਹੀਂ ਸਾਡੇ ਜਿਵੇਂ ਮੈਂ ਕਿਹਾ ਨਿਕ ਬੇਕਰ ਵਾਲੇ ਟ੍ਰੈਂਡ? ਕਾਰਪੋਰੇਟ ਨਾਲ ਹਮੇਸ਼ਾ, ਕਾਰਪੋਰੇਟ ਘਰਾਣੇ ਨਾਲ ਹਮੇਸ਼ਾ ਇੱਕ ਰੌਲਾ ਰਿਹਾ ਆਮ ਵਰਗ ਦਾ, ਉਹਨਾਂ ਨੂੰ ਕਾਰਪੋਰੇਟ ਘਰਾਣੇ ਨੂੰ ਇਹ ਹੁੰਦਾ ਕਿ ਮੇਰੇ ਬਰਾਬਰ ਨਾਲ ਕੋਈ ਖੜਾ ਹੋ ਜੇ, ਸ਼ਾਇਦ ਇਸ ਕਰਕੇ ਉਹ ਇਸ ਤਰ੍ਹਾਂ ਦੀ ਮਾਰਕੀਟ 'ਚ ਨਹੀਂ ਆਉਂਦੇ। ਨਹੀਂ, ਕਾਰਪੋਰੇਟ ਘਰਾਣੇ ਜੀ ਜਿਹੜੀ ਬਹੁਤ ਵੱਡੀਆਂ ਕਾਰਪੋਰੇਟਸ ਨੇ ਉਹਨਾਂ ਨੂੰ ਛੱਡੋ, ਮੈਂ ਕਹਿੰਦਾ ਜਿਹੜੇ ਦੂਸਰੇ ਅੱਜ ਮੱਧਮ ਵਰਗ ਦੇ ਲੋਕ ਨੇ, ਜਿਹੜੇ ਫਸਟ ਜਨਰੇਸ਼ਨ ਐਂਟਰਪ੍ਰੀਨਿਓਰਸ ਨੇ, ਉਹ ਕਿਉਂ ਨਹੀਂ ਟ੍ਰੈਂਡ ਕਰਦੇ? ਅਸੀਂ ਉਹਨਾਂ ਨੂੰ ਕਿਉਂ ਨਹੀਂ ਅੱਗੇ? ਕਾਰਨ ਕੀ ਮੰਨਦੇ ਹੋ ਰਾਹੁਲ? ਇਹ ਠੀਕ ਹੈ, ਅਸੀਂ ਮੰਨ ਲਿਆ ਇਹ ਆਨਸਰ ਤਾਂ ਵੀ ਜੀ ਹੁਣ ਮੀਡੀਆ ਹੀ ਦੇ ਸਕਦਾ, ਇਹਨਾਂ ਦੇਖੋ ਟ੍ਰੈਂਡ ਤਾਂ ਮੀਡੀਆ ਨੇ ਕਰਾਉਣਾ, ਸਵਾਲ ਤਾਂ ਕਵਰੇਜ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਲੈ ਕੇ ਆਉਂਦੇ, ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਲੋਕਾਂ ਦੀ ਆਵਾਜ਼ ਦੀ ਗੱਲ ਕਰਦੇ ਹੁੰਦੇ ਆ ਕਿ ਇਹ ਤੁਸੀਂ, ਫਿਰ ਅਸੀਂ ਇਹ ਮੰਨ ਲਈਏ ਵੀ ਇਹ ਲੋਕਾਂ ਦੀ ਗੱਲ ਨਹੀਂ ਕਰਦੇ, ਇਹ ਸਿਰਫ ਆਪਦੀ ਗੱਲ ਕਰਦੇ ਨੇ ਜਿਹੜੇ ਐਂਟਰਪ੍ਰੀਨਿਓਰ ਨੇ? ਨਹੀਂ, ਇਹ ਤਾਂ ਹੁਣ ਦੇਖੋ ਤੁਸੀਂ ਇਹਦੇ ਬਾਰੇ ਆਨਸਰ ਤਾਂ ਐਂਟਰਪ੍ਰੀਨਿਓਰਸ ਦੇ ਸਕਦੇ, ਮੈਂ ਸਵਾਲ ਇਹ ਚੱਕਣ ਆਇਆ ਵੀ ਸਾਡੇ ਆਈਡਲਸ, ਸਾਡੇ ਜਿਹੜੇ ਆਦਰਸ਼ ਨੇ ਉਹ ਕੌਣ ਨੇ, ਅਤੇ ਉਹ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਨੇ, ਅਤੇ ਕੌਣ ਹੋਰ ਬੰਦੇ ਹੋ ਸਕਦੇ? ਕਿਉਂ ਸਾਡੇ ਅੱਜ ਇੱਕ ਪੰਜਾਬੀ ਹੈ ਜੀ ਜੋ ਬੜਾ ਮਸ਼ਹੂਰ ਹੋਇਆ ਹੈ ਦੁਨੀਆ ਦੇ ਵਿੱਚ, ਰੂਬਨ ਸਿੰਘ ਨਾਮ ਦਾ, ਜਿਹੜੇ ਰੰਗ ਦੀ ਪੱਗ ਬੰਨਦਾ ਉਹ ਰੰਗ ਦੀ ਰੋਲਸ ਰੋਇਸ। ਬਿਲਕੁਲ, ਤਾਂ ਸਾਡੇ ਪੰਜਾਬ ਦੇ ਮੁੰਡੇ ਕਿਉਂ ਨਹੀਂ ਕਹਿੰਦੇ ਯਾਰ ਵੀ ਅਸੀਂ ਵੀ ਰੂਬਨ ਸਿੰਘ ਬਣਨਾ ਹੈ? ਕਿਉਂ ਨਹੀਂ? ਇਹ ਸੋਚ ਸਿਆਸਤਦਾਨਾਂ ਨੇ ਖੋਈ, ਇਹ ਸੋਚ ਕਿਸ ਨੇ ਖੋਈ ਆ ਸਾਡੇ ਕੋਲੋਂ? ਜੇ ਪੰਜਾਬੀ ਵਿਦੇਸ਼ ਜਾ ਕੇ ਉਹੋ ਜਿਹੇ ਰੰਗ ਦੀ ਪੱਗ ਲੈ ਸਕਦਾ, ਸਿੱਧੇ ਤੌਰ 'ਤੇ ਮੈਂ ਇਹ ਗੱਲ ਕਹਿ ਦਵਾਂ, ਕਿਸੇ ਦਾ ਚੈਲੰਜ ਭਗਾ ਸਕਦਾ, ਇੱਕ ਕਰੋੜਾਂ ਕਰੋੜਾਂ ਦੀਆਂ ਗੱਡੀਆਂ ਖੜਾ ਸਕਦਾ ਗੇਟ ਦੇ ਬਾਹਰ, ਸਾਡੇ ਪੰਜਾਬੀ ਕਿਉਂ ਨਹੀਂ ਕਰ ਰਹੇ? ਸੋਚ ਖੋਈ ਕਿਉਂ ਜਾ ਰਹੀ? ਸਿਸਟਮ ਕਿਉਂ ਨਹੀਂ ਦਿੱਤਾ ਜਾ ਰਿਹਾ? ਦੇਖੋ ਜੀ, ਇਹਦੇ ਅੰਦਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਇੱਕ ਬੰਦਾ ਜਾਂ ਇੱਕ ਵਰਗ ਜਾਂ ਇੱਕ ਚੀਜ਼ ਹੋ, ਇਹ ਸਾਡੀ ਸੁਸਾਇਟੀ ਦੀ ਐਜ਼ ਅ ਕਲੈਕਟਿਵ ਜਿਹੜੀ ਥਿੰਕਿੰਗ ਹੈਗੀ ਹੈ ਉਹਨੂੰ ਹੀ ਸਾਨੂੰ ਅੱਗੇ ਲੈ ਕੇ ਜਾਣਾ ਪਊਗਾ, ਉਹਨੂੰ ਹੀ ਸਾਨੂੰ ਚੇਂਜ ਕਰਨਾ ਪਊਗਾ, ਹੈ ਨਾ ਸਮ ਵਟ। ਕਿਉਂਕਿ ਦੇਖੋ, ਇੱਕ ਮੈਨੂੰ ਲੱਗਦਾ ਹਰ ਇਨਸਾਨ ਦੀ ਕੀ ਹੁੰਦੀ ਹੈ, ਈਜ਼ੀ ਵੇ ਆਊਟ ਹਰ ਬੰਦਾ ਲੱਭਦਾ, ਅਤੇ ਉਹ ਜਦੋਂ ਮਤਲਬ ਮੈਂ ਜੋ ਆਪਣੀ ਪਰਸਨਲ ਐਕਸਪੀਰੀਅੰਸ ਤੋਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ, ਕਈ ਵਾਰੀ ਜਦੋਂ ਗੱਲਾਂ ਕਰਦੇ ਹਾਂ ਯਾਰ ਵੀ ਆਹ ਕਿਉਂ ਨਹੀਂ ਕਰਦੇ, ਫਲਾਨੇ ਨੇ ਆਹ ਕਰਤਾ, ਸਾਡੇ ਨੰਨਾ ਪਾਉਣ ਵਾਲੇ ਜ਼ਿਆਦਾ ਆ ਜਾਂਦੇ, ਠੀਕ ਹੈ, ਸਾਡੇ ਸਲਾਹਾਂ ਦੇਣ ਵਾਲੇ ਜ਼ਿਆਦਾ ਆ ਜਾਂਦੇ। ਕਹਿੰਦੇ ਨਾ ਬੱਸ 'ਚ ਕਿਸੇ ਦਾ ਸਿਰ ਪੀੜ ਹੋਣ ਲੱਗ ਜਾਏ ਸਾਰੀ ਬੱਸ ਡਾਕਟਰਾਂ ਦੀ ਬਣ ਜਾਂਦੀ ਹੈ, ਸੋ ਸਾਡੇ ਉਹ ਕੰਮ ਜ਼ਿਆਦਾ, ਠੀਕ ਹੈ, ਐਕਸ਼ਨ ਘੱਟ ਹੈ। ਤਾਂ ਹੀ ਮੈਂ ਜਿਹੜੀ ਵਾਰ ਵਾਰ ਗੱਲ ਕਰਨਾ ਚਾਹੁੰਦਾ ਵੀ ਮੈਂ ਇੱਕ ਸਵਾਲ ਇੱਥੋਂ ਸ਼ੁਰੂ ਕਰਨਾ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਕਿਉਂ ਨਵੇਂ ਐਂਟਰਪ੍ਰੀਨਿਓਰਸ ਪੈਦਾ ਨਹੀਂ ਹੋ ਸਕਦੇ? ਸਾਡੀ ਜਿਹੜੀ ਪੰਜਾਬ ਦੀ ਅੱਜ ਨੌਜਵਾਨੀ ਹੈ ਉਹਨੂੰ ਹਰ ਪਾਸੇ ਨੂੰ ਖਿੱਚਿਆ ਜਾ ਰਿਹਾ, ਕੋਈ ਉਹਨੂੰ ਕਿਸੇ ਪਾਸੇ ਨੂੰ ਖਿੱਚ ਕੇ ਲੈ ਕੇ ਜਾ ਰਿਹਾ, ਕੋਈ ਉਹਨੂੰ ਕਿਸੇ ਪਾਸੇ ਨੂੰ ਖਿੱਚ ਕੇ ਲੈ ਕੇ ਜਾ, ਕਾਰੋਬਾਰ ਵਾਲੇ ਪਾਸੇ ਕੋਈ ਨਹੀਂ ਲੈ ਕੇ ਜਾ ਰਿਹਾ। ਠੀਕ ਹੈ, ਜਦੋਂ ਕਾਰੋਬਾਰ ਦੀ ਗੱਲ ਕਰਦੇ ਹਾਂ ਉਦੋਂ ਜਾਤ ਪਾਤ ਆ ਜਾਂਦੀ ਹੈ, ਉਦੋਂ ਕਹਿੰਦੇ ਜੀ ਜ਼ਮੀਨਦਾਰਾਂ ਦੇ ਮੁੰਡੇ ਤਾਂ ਖੇਤੀ ਕਰ ਸਕਦੇ, ਕਿਉਂ ਨਹੀਂ? ਕਿੰਨੇ ਸਾਡੇ ਪੰਜਾਬੀ ਨੇ ਜਿਹੜੇ ਬਿਜ਼ਨਸ ਦੇ ਵਿੱਚ ਕਾਮਯਾਬ, ਕਿੰਨੇ ਸਾਡੇ ਹਿੰਦੂ ਫੈਮਿਲੀ ਦੇ ਬੰਦੇ ਜਿਹੜੇ ਖੇਤੀ ਕਰ ਰਹੇ ਨੇ, ਖੇਤੀ ਦੇ ਵਿੱਚ ਕਾਮਯਾਬ। ਬਿਲਕੁਲ, ਸੋ ਇਹ ਜਾਤ ਪਾਤ ਆਪਣੀਆਂ ਬਣਾਈਆਂ ਵੀ ਹਨ। ਪੰਜਾਬ ਉਹ ਧਰਤੀ ਹੈ, ਪੰਜਾਬ ਹਰ ਇਨਸਾਨ ਸਭ ਕੁਝ ਕਰ ਸਕਦਾ, ਪੰਜਾਬ ਉਹ ਧਰਤੀ ਹੈ ਜਿਹਨੇ ਹਰ ਜ਼ੁਲਮ ਦਾ ਟਾਕਰਾ ਕੀਤਾ, ਹਰ ਸਮੇਂ ਦੇ ਯੋਧੇ ਆ ਕੇ ਖੜੇ, ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਸਾਹਿਤ ਲਿਖਿਆ ਗਿਆ, ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਵਿਗਿਆਨੀ ਅਸੀਂ ਕਹਿ ਸਕਦੇ ਹਾਂ ਉਹ ਹੈ। ਉਸ ਤੋਂ ਬਾਅਦ ਵੀ ਪੰਜਾਬ 'ਚ ਜੇਕਰ ਅੱਜ ਕੱਲ੍ਹ ਉਹ ਸੋਚ ਨਹੀਂ ਹੈ, ਅੱਜ ਕੱਲ੍ਹ ਉਹ ਨੌਜਵਾਨ ਨਹੀਂ ਹੈ, ਇਹ ਮੰਨ ਲਈਏ ਕਿਤੇ ਨਾ ਕਿਤੇ ਸਿਆਸੀ ਜਮਾਤ ਦਾ ਕਾਰਨ ਵੀ
ਉਹ ਕੱਲੀ ਬਿਆਨਬਾਜ਼ੀ ਤੱਕ ਸੀਮਿਤ ਰਹਿ ਕੇ ਪੈ ਗਈ, ਇਕੱਲਾ ਇੱਕ ਦੂਜੇ ਨੂੰ ਭੰਡਣ ਤੱਕ ਸੀਮਿਤ ਹੋ ਕੇ ਰਹਿ ਗਈ। ਪਰ ਉਹਦੇ ਨਾਲ ਨਾਲ ਮੈਂ ਫਿਰ ਇਹੀ ਗੱਲ ਕਹਿ ਰਿਹਾ ਵੀ ਇਕੱਲੀ ਇੱਕੋ ਜਮਾਤ ਨੂੰ ਜਾਂ ਇਕੱਲੇ ਇੱਕੋ ਉਸ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ। ਇਹਦੇ ਅੰਦਰ ਬਹੁਤ ਸਾਰੇ ਫੈਕਟਰਸ ਨੇ, ਸਾਡਾ ਕਲਚਰਲ ਫੈਕਟਰ ਹੈ, ਸਾਡਾ ਇੰਟਰਟੇਨਮੈਂਟ ਫੈਕਟਰ ਹੈ, ਸਾਡੀ ਜੋ ਵੀ ਬੰਦਾ ਅੱਜ ਇੱਕ ਅਗਰ ਕੋਈ ਵੀ ਬੰਦਾ ਇੱਕ ਦੂਸਰੇ ਬੰਦੇ ਨੂੰ ਇਨਫਲੂਐਂਸ ਕਰਦਾ ਨਾ, ਉਹ ਮੈਂ ਕਹਿੰਦਾ ਕਾਰਨ ਹੈ ਕਿ ਉਹ ਬੰਦਾ ਕੀ ਬਿਹੇਵ ਕਰ ਰਿਹਾ, ਠੀਕ ਹੈ ਨਾ। ਕਿਉਂਕਿ ਮੈਂ ਤੁਹਾਡੀ ਥੋਟ ਨੂੰ ਅਗਰ ਕੋਈ ਇਨਫਲੂਐਂਸ ਕਰਦਾ ਤਾਂ ਉਹ ਕਿਤੇ ਨਾ ਕਿਤੇ ਮੈਂ ਕਾਰਨ ਰਹੂੰਗਾ ਤੁਹਾਡਾ ਅੱਗੇ ਕੀ ਐਕਸ਼ਨ ਹੋਊਗਾ। ਸੋ ਇੱਕ ਕਲੈਕਟਿਵ ਹੈ। ਸੋ ਅਗੇਨ ਮੈਂ ਉਸੇ ਗੱਲ 'ਤੇ ਆ ਕੇ ਵੀ ਸਿਰਫ ਫਿੰਗਰ ਪੁਆਇੰਟਿੰਗ ਅਸੀਂ ਬਣ ਕੇ ਰਹਿ ਗਏ ਵੀ ਤੂੰ ਨਹੀਂ ਕਰਿਆ, ਠੀਕ ਹੈ ਨਾ, ਫਲਾਣੇ ਨੇ ਨਹੀਂ ਕਰਿਆ, ਪਰ ਮੈਂ ਕਰਨਾ ਉਹਦੇ ਬਾਰੇ ਗੱਲ ਨਹੀਂ, ਕਰੂ ਕੌਣ ਨਾ, ਮੈਂ ਕਰਨਾ ਠੀਕ ਹੈ ਤੇ ਕਰੂ ਕੌਣ। ਐਗਜ਼ੈਕਟਲੀ, ਮੈਂ ਉਹੀ ਗੱਲ 'ਤੇ ਆ ਰਿਹਾ ਵੀ ਮੈਂ ਉਸ ਚੀਜ਼ ਤੋਂ ਉੱਪਰ ਉੱਠਣਾ ਚਾਹੁੰਦਾ। ਮੈਂ ਕਹਿੰਦਾ ਯਾਰ ਫਲਾਣੇ ਨੇ ਨਹੀਂ ਕਰਿਆ, ਧਮਕੇ ਨੇ ਨਹੀਂ ਕਰਿਆ, ਇਕੱਲਾ ਉਹ ਨਾ ਕਰਾਂ। ਉਹਦੇ ਨਾਲ ਹੀ ਕਹਾਂ ਵੀ ਚਲੋ ਯਾਰ ਜਿਹੜਾ ਹੋਇਆ ਨਹੀਂ ਹੋਇਆ, ਪਰ ਹੁਣ ਆਪਾਂ ਕੀ ਕਰੀਏ ਇਕੱਠੇ, ਠੀਕ ਹੈ ਨਾ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਕਰੀਏ, ਇੰਡਸਟਰੀਜ਼ ਅਕ੍ਰੋਸ ਇਕੱਠੇ ਹੋ ਕੇ ਕਰੀਏ। ਇਕੱਲਾ ਇਹ ਨਾ ਹੋਵੇ ਵੀ ਇਕੱਲੇ ਪੋਲੀਟੀਸ਼ੀਅਨ ਨੇ ਕਰਨਾ ਜਾਂ ਇਕੱਲੇ ਬਿਜ਼ਨਸਮੈਨ ਨੇ ਕਰਨਾ ਜਾਂ ਇਕੱਲੇ ਫਾਰਮਰ ਨੇ ਕਰਨਾ। ਇਹ ਇੱਕ ਪੰਜਾਬ ਦੀ ਕਲੈਕਟਿਵ ਜਿਹਨੂੰ ਕਹਿੰਦੇ ਮੁਹਿੰਮ ਬਣੇ, ਜਿਹਦੇ ਵਿੱਚ ਅਸੀਂ ਇਹ ਟੀਚਾ ਲੈ ਕੇ ਚੱਲੀਏ ਵੀ ਸਾਡੇ ਪੰਜਾਬ ਦਾ ਨੌਜਵਾਨ ਜਿਹੜਾ ਬਾਹਰ ਨੂੰ ਭੱਜ ਰਿਹਾ ਜਾਂ ਜਿਹੜਾ, ਉਹਨੂੰ ਅਸੀਂ ਇੱਥੇ ਹੀ ਇਸ ਤਰੀਕੇ ਦੀ ਓਪਰਚੁਨਿਟੀਆਂ ਦਿਖਾਈਏ ਕਿ ਉਹ ਹਰ ਮਹੀਨੇ ਜੇਬ ਵਿੱਚ 50,000 ਲੱਖ ਰੁਪਇਆ ਪਾ ਕੇ ਜਾਵੇ। ਦੈਟ ਇਜ਼ ਮਾਈ ਪਰਸਨਲ ਏਮ, ਮੇਰਾ ਜੋ ਅੱਜ ਮੈਂ ਰਾਹੁਲ ਸੱਤਾ ਵਿੱਚ ਆਉਣ ਤੋਂ ਬਾਅਦ ਕਰਨਗੇ। ਅਸੀਂ ਇਹ ਮੰਨ ਲਈਏ ਵੀ ਰਾਹੁਲ ਦੀ ਸੋਚ ਆ ਜਿਹੜੀ ਪੱਠਲ ਪਰਿਵਾਰ ਦੇ ਵਿੱਚੋਂ ਇੱਕ ਨਵੇਂ ਮੁੱਖ ਮੰਤਰੀ ਵਾਲੀ ਆ। ਨਹੀਂ ਨਹੀਂ, ਦੇਖੋ ਜੀ, ਉਹ ਤਾਂ ਲੋਕਾਂ ਨੇ, ਰੱਬ ਨੇ ਕਿਹਨੂੰ ਕੀ ਸੇਵਾ ਦੇਣੀ ਆ ਉਹ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ। ਮੈਂ ਕੀ ਕਰ ਪਾਊਂਗਾ ਉਹ ਤਾਂ ਰੱਬ ਜਾਣਦਾ, ਠੀਕ ਹੈ, ਬਟ ਮੈਂ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਸੱਤਾ ਤੋਂ ਆਉਣ ਤੋਂ ਬਾਅਦ ਦੀ ਨਹੀਂ, ਅੱਜ ਦੀ ਗੱਲ ਕਰ ਰਿਹਾ, ਠੀਕ ਹੈ। ਮੈਂ ਅੱਜ ਜੋ ਇਹ ਸਟਾਰਟਿੰਗ ਕਰ ਰਿਹਾ ਜਾਂ ਅੱਜ ਜੋ ਇਹ ਮੈਂ ਮੁੱਦਾ ਚੱਕ ਰਿਹਾ, ਜੋ ਗੱਲ ਚੱਕ ਰਿਹਾ, ਇਹ ਮੇਰੀ ਕੋਸ਼ਿਸ਼ ਇਹੀ ਹੈ ਕਿ ਇਸ ਨੂੰ ਅਸੀਂ ਬਿਲਡ ਕਰਕੇ ਸਾਡੇ ਨਾਲ ਭੈਣ ਭਰਾ ਤੁਹਾਡੇ ਜ਼ਰੀਏ ਮੀਡੀਆ ਰਾਹੀਂ ਜਿੰਨੇ ਵੀ ਵੱਧ ਤੋਂ ਵੱਧ ਜੁੜਨ, ਤਾਂ ਕਿ ਅਸੀਂ ਸਾਡੇ ਨੌਜਵਾਨ ਨੂੰ ਓਪਰਚੁਨਿਟੀ ਨਾਲ ਜੋੜ ਸਕੀਏ। ਅਸੀਂ ਇਕੱਲਾ ਇਹ ਨਾ ਕਹਿੰਦੇ ਰਹਿ ਜਾਈਏ ਜੀ ਬੇਰੁਜ਼ਗਾਰੀ ਬਹੁਤ ਵੱਧ ਗਈ, ਸਰਕਾਰ ਨੇ ਰੁਜ਼ਗਾਰ ਨਹੀਂ ਪੈਦਾ ਕਰਿਆ। ਸਰਕਾਰ ਨੇ ਨਹੀਂ ਕਰਿਆ, ਠੀਕ ਹੈ ਯਾਰ, ਜੇ ਸਰਕਾਰ ਜੋ ਬਿਹੇਵ ਕਰੂਗੀ ਲੋਕ ਉਹਦਾ ਫਲ ਉਹਨੂੰ ਇਲੈਕਸ਼ਨਾਂ ਦੇ ਵਿੱਚ ਦੇ ਦੇਣਗੇ, ਠੀਕ ਹੈ, ਠੀਕ ਹੈ ਨਾ। ਸਾਡੀ ਸਰਕਾਰਾਂ ਨੇ ਜੋ ਚੰਗਾ ਕਰਿਆ ਮਾੜਾ ਕਰਿਆ ਉਹਦਾ ਫਲ ਸਾਨੂੰ ਲੋਕਾਂ ਨੇ ਇਲੈਕਸ਼ਨ 'ਚ ਦਿੱਤਾ, ਠੀਕ ਹੈ, ਠੀਕ ਹੈ ਜੀ। ਬਟ ਉਹਦੇ ਨਾਲ ਅਸੀਂ ਇਹ ਕਹਿੰਦੇ ਵੀ ਇਕੱਲਾ ਸਰਕਾਰ 'ਤੇ ਹੀ ਅਸੀਂ ਨਿਰਭਰ ਕਿਉਂ ਰਹੀਏ, ਠੀਕ ਹੈ ਨਾ। ਸਰਕਾਰ ਇੱਕ ਆਪਦੀ ਕੰਮ ਕਰ ਰਹੀ ਹੈ, ਠੀਕ ਹੈ, ਉਸਨੂੰ ਅਸੀਂ ਮੋਨੀਟਰ ਕਰਾਂਗੇ, ਉਹਦੀ ਚੰਗੀਆਂ ਮਾੜੀਆਂ ਗੱਲਾਂ ਦੱਸਾਂਗੇ, ਪਰ ਜੇ ਸਰਕਾਰ ਨਹੀਂ ਕਰ ਰਹੀ ਜਾਂ ਕੋਈ ਹੋਰ ਨਹੀਂ ਕਰ ਰਿਹਾ ਤਾਂ ਅਸੀਂ ਇਕੱਲਾ ਉਦੋਂ ਬੈਠ ਕੇ ਰੋਣਾ ਨਹੀਂ ਹੈ, ਅਸੀਂ ਆਪ ਉੱਠ ਕੇ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ, ਅਸੀਂ ਆਪ ਹੱਲਾ ਮਾਰੀ, ਬਿਲਕੁਲ। ਸੋ ਉਹ ਇੱਕ ਮੁਹਿੰਮ ਬਿਲਡ ਕਰਨ ਦੀ ਕੋਸ਼ਿਸ਼ ਹੈ ਕਿ ਅਸੀਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ, ਕਿਉਂਕਿ ਮੈਂ ਇੱਕ ਕੁਐਸਚਨ ਪੁੱਟ ਕਰਿਆ ਸੀ, ਮੈਂ ਸਾਰਿਆਂ ਨੂੰ ਪੁੱਛਿਆ, ਮੈਂ ਕਿਹਾ ਯਾਰ ਵੀ ਅੱਜ ਦੀ ਡੇਟ ਸਾਡੀ ਜਿਹੜੀ ਐਂਟਰਪ੍ਰੀਨਿਓਰ ਸਪਿਰਿਟ ਹੈ, ਸਾਡੇ ਮੁੰਡੇ ਜਿਹੜੇ ਕਾਰੋਬਾਰ 'ਚ ਨਹੀਂ ਕਾਮਯਾਬ ਹੋ ਪਾ ਰਹੇ, ਤੁਹਾਨੂੰ ਕੀ ਪ੍ਰੋਬਲਮਸ ਆ ਰਹੀਆਂ। ਹਾਲਾਂਕਿ ਮੈਨੂੰ ਕਈ ਆਂਸਰ ਖੁਦ ਨੂੰ ਪਤਾ ਸੀ ਵੀ ਆਹ ਹੋਣਗੇ, ਬਟ ਮੈਂ ਜਾਣਿਆ, ਠੀਕ ਹੈ। ਉਹਦੇ ਵਿੱਚੋਂ 2-3 ਗੱਲਾਂ ਜੋ ਜ਼ਿਆਦਾ ਨਿਕਲ ਕੇ ਆਈਆਂ। ਪਹਿਲੀ ਗੱਲ ਤਾਂ ਸਾਡੇ ਕੋਲ ਸਪੋਰਟ ਸਿਸਟਮ ਨਹੀਂ ਹੈ, ਸਿਸਟਮ ਨਹੀਂ ਹੈ। ਅੱਜ ਜੇ ਸਾਡਾ ਇੱਕ 20-21 ਸਾਲ ਦਾ ਮੁੰਡਾ ਕਹਿੰਦਾ ਯਾਰ ਮੈਂ ਫਲਾਣਾ ਕਾਰੋਬਾਰ ਕਰਨਾ, ਉਹਨੂੰ ਪਹਿਲਾਂ ਤਾਂ ਮਤਲਬ ਕਾਫੀ ਪੈਸਾ ਚਾਹੀਦਾ ਸਿਰਫ ਪ੍ਰੋਫੈਸ਼ਨਲਸ ਤੋਂ ਰਾਏ ਲੈਣ ਲਈ, ਵਕੀਲਾਂ ਤੋਂ, ਸੀਏਸ ਤੋਂ, ਫਲਾਣਿਆਂ ਤੋਂ, ਧਮਕੀਆਂ ਤੋਂ। ਸਾਡੀ ਸਰਕਾਰ ਦਾ ਕੋਈ ਇਹੋ ਜਿਹਾ ਢਾਂਚਾ ਨਹੀਂ ਹੈ ਜਿੱਥੇ ਬਲੈਕ ਐਂਡ ਵਾਈਟ ਸਿੰਗਲ ਵਿੰਡੋ ਦੀਆਂ ਗੱਲਾਂ ਜ਼ਰੂਰ ਹੋਈਆਂ ਨੇ, ਲੇਕਿਨ ਉਹ ਸਿੰਗਲ ਵਿੰਡੋ ਹਜੇ ਤੱਕ ਮੈਨੂੰ ਨਹੀਂ ਲੱਗਦਾ ਉਸ ਤਰੀਕੇ ਨਾਲ ਬਿਲਡ ਅਪ ਕਰ ਪਾਏ ਜਿਹਦੇ ਕਰਕੇ ਅੱਜ ਸਾਡੀ ਇੰਡਸਟਰੀ ਬਹੁਤ ਸਾਰੀ ਹਿਮਾਚਲ ਜਾਂ ਇਸ ਤੋਂ ਬਾਅਦ ਯੂਪੀ ਸ਼ਿਫਟ ਹੋ ਰਹੀ ਹੈ, ਬਾਹਰ ਜਾ ਰਹੀ ਹੈ, ਕਿਉਂਕਿ ਕਾਗਜ਼ਾਂ ਦੇ ਵਿੱਚ ਸਭ ਕੁਝ ਹੋਊਗਾ ਜੀ। ਜਿਹੜੀ ਮੈਂ ਆਹ ਗੱਲਾਂ ਕਹਿ ਰਿਹਾ ਨਾ, ਇਹ ਕਿਤੇ ਨਾ ਕਿਤੇ ਸਰਕਾਰੀ ਫਾਈਲ ਦੇ ਵਿੱਚ ਕਰਕੇ ਰੱਖਿਆ ਵਾ ਹੋਊਗਾ, ਠੀਕ ਹੈ, ਬਟ ਮੇਬੀ ਕਿਤੇ ਨਾ ਕਿਤੇ ਵੈਬਸਾਈਟ ਵੀ ਕੋਈ ਇਹੋ ਜਿਹੀ ਹੋਵੇ। ਪਰ ਜਿੰਨਾ ਚਿਰ ਤੱਕ ਯਾਰ ਉਹ ਚੀਜ਼ ਸਾਡੇ ਆਮ ਮੁੰਡਿਆਂ ਨੂੰ ਐਕਸੈਸੇਬਲ ਨਹੀਂ ਹੈ, ਸਾਡੇ ਆਮ ਬੰਦਿਆਂ ਦੇ ਕੰਮ ਨਹੀਂ ਆ ਰਹੀ, ਤਾਂ ਉਹ ਕਾਗਜ਼ੀ ਕਰੀ ਵੀ ਕਾਰਵਾਈ ਦਾ ਕੋਈ ਬੈਨੀਫਿਟ ਨਹੀਂ ਹੈ। ਸੋ ਇਟ ਇਜ਼ ਨੋਟ ਈਜ਼ੀ ਕਿ ਅੱਜ ਸਾਡਾ ਮੁੰਡਾ ਪਹਿਲਾਂ ਕੰਮ ਸਮਝ ਹੀ ਨਹੀਂ ਸਕਦਾ ਵੀ ਮੈਂ ਕਿਵੇਂ ਚਾਲੂ ਕਰਾਂ। ਫਿਰ ਉਸ ਤੋਂ ਬਾਅਦ ਇਨਵੈਸਟਮੈਂਟ ਓਪਰਚੁਨਿਟੀਜ਼, ਸਾਡੇ ਮੁੰਡੇ ਇਹੋ ਜਿਹੇ ਨੇ ਜਿਨ੍ਹਾਂ ਕੋਲ ਸਕਿੱਲ ਹੈ, ਕੋਈ ਇਨਵੈਂਟ ਬੜੀ ਸੋਹਣੀ ਇਨਵੈਂਸ਼ਨ ਕਰਦਾ। ਮੈਂ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀ, ਇੱਕ ਮੁੰਡੇ ਨੇ ਸੈਂਸਰ ਬਣਾਇਆ ਵੀ ਤੁਸੀਂ ਮੋਟਰ ਦੀ ਤਾਰ 'ਤੇ ਕਹੀ ਮਾਰੋ ਤਾਂ ਨਾਲ ਦੀ ਨਾਲ ਸੈਂਸਰ ਬੋਲ ਪੈਂਦਾ ਜੀ। ਬਹੁਤ ਚੀਜ਼ਾਂ ਨੇਗੀਆਂ, ਮਿਹਨਤ ਹੈਗੀ ਆ ਸਾਡੇ ਨੌਜਵਾਨਾਂ ਕੋਲ, ਪੈਸਾ ਨਹੀਂ ਹੈਗਾ। ਪਰ ਉੱਥੇ ਇਹੋ ਜਿਹੇ ਵੀ ਬਹੁਤ ਲੋਕ ਹੈਗੇ ਆ ਜਿਨ੍ਹਾਂ ਕੋਲ ਪੈਸਾ, ਉਹ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ, ਉਹ ਕਿਤੇ ਨਾ ਕਿਤੇ ਲਾਉਣਾ ਚਾਹੁੰਦੇ ਆ, ਅਸੀਂ ਕਿਉਂ ਨਹੀਂ ਉਹਨਾਂ ਨੂੰ ਇਕੱਠੇ ਜੋੜ ਰਹੇ, ਅਸੀਂ ਕਿਉਂ ਨਹੀਂ ਉਹਨਾਂ ਨੂੰ। ਇਹ ਸਵਾਲ ਫਿਰ ਜਾ ਕੇ ਉਸੇ ਜਮਾਤ 'ਤੇ ਜਾਂਦਾ ਆ ਜਿਹਨੇ ਸੱਤਾ ਦੇ ਵਿੱਚ ਰਾਜ ਭੋਗਿਆ, ਜਿਹਨੇ ਦੇਸ਼ ਨੂੰ, ਸੂਬੇ ਨੂੰ ਚਲਾਉਣਾ, ਕਿ ਉਹਦੇ ਹੱਥ ਉਸ ਆਮ ਵਿਗਿਆਨੀ ਤੱਕ, ਉਸ ਛੋਟੇ ਪੱਧਰ ਦੇ ਸਾਇੰਸਦਾਨ ਤੱਕ ਨਹੀਂ ਜਾਂਦੇ। ਉਹ ਇੱਕ ਧਨਾੜ ਪਰਿਵਾਰਾਂ ਤੱਕ ਸੀਮਤ ਰਹਿ ਜਾਂਦੀ ਹੈ, ਕਿਉਂਕਿ ਚਰਚਾ ਰਹਿੰਦੀ ਹੈ ਕਿ ਦੋਵਾਂ ਦੇ ਹੱਥ ਜੁੜਦੇ ਨੇ ਫਿਰ ਕਿਤੇ ਜਾ ਕੇ ਸੱਤਾ ਦਾ ਰਾਜ ਭੋਗਿਆ ਜਾਂਦਾ। ਤਾਂ ਹੀ ਤਾਂ ਆਪਾਂ ਜੀ ਉਸ ਚੀਜ਼ 'ਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੁੰਦੇ।
ਘੱਟੋ ਘੱਟ ਕੋਸ਼ਿਸ਼ ਤਾਂ ਕਰੀ ਹੋਊਗੀ। ਠੀਕ ਹੈ, ਜਦੋਂ ਮੈਂ ਆ ਕੇ ਆਪਦਾ ਵੀ ਕਾਰੋਬਾਰ ਸ਼ੁਰੂ ਕਰਿਆ ਉਦੋਂ ਮੈਨੂੰ ਸਾਰਿਆਂ ਨੇ ਇਹੀ ਗੱਲ ਕਹੀ ਵੀ ਬਾਈ ਕਿਹੜੇ ਕੰਮਾਂ 'ਚ ਪੈ ਗਿਆ ਯਾਰ, ਵਧੀਆ ਤੇਰੀ ਪਰਿਵਾਰ ਰਾਜਨੀਤੀ ਸੈੱਟ ਹੈ, ਕੋਈ ਚੰਗਾ ਉਹਦਾ ਲੈ ਕੇ ਟਾਊਂ ਟਾਊਂ ਕਰਦਾ ਜਾਇਆ ਕਰ, ਫਲਾਨਾ ਕਰਿਆ ਕਰ, ਇਹ ਕਾਰੋਬਾਰ ਆਪਣੇ ਬਸ ਦੀ ਖੇਡ ਨਹੀਂ ਹੈ। ਠੀਕ ਹੈ, ਮੈਂ ਕਿਹਾ ਯਾਰ ਕੋਈ ਨਹੀਂ, ਮੈਨੂੰ ਫੇਲ ਹੋ ਲੈਣ ਤੋਂ ਤਾਂ ਮੈਂ ਫੇਲ ਹੋਇਆ ਵੀ ਹਾਂ। ਓਕੇ, ਮੈਂ ਬਹੁਤ ਇਹੋ ਜਿਹੇ ਹੱਥ ਪੱਲੇ ਮਾਰੇ ਜਿਨ੍ਹਾਂ 'ਚ ਜਾ ਕੇ ਮੈਨੂੰ ਨਹੀਂ ਕਾਮਯਾਬੀ ਮਿਲੀ, ਪਰ ਅਲਟੀਮੇਟਲੀ ਮੈਂ ਲੱਗਿਆ ਰਿਹਾ ਲੱਗਿਆ ਰਿਹਾ ਲੱਗਿਆ ਰਿਹਾ ਤਾਂ ਜਾ ਕੇ ਅੱਗੇ ਸਕਸੈਸ ਵੀ ਮਿਲਦੀ ਹੈ। ਉਹ ਕਹਾਵਤ ਆਪਾਂ ਨੂੰ ਬਚਪਨ ਸਿਖਾਉਂਦੇ ਹਾਂ ਵੀ ਟਰਾਈ 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 ਗਏ ਨੇ, ਪਰ ਉਹਨੂੰ ਅਸੀਂ ਇੰਪਲੀਮੈਂਟ ਨਹੀਂ ਕਰਦੇ। ਬਿਲਕੁਲ, ਅਸੀਂ ਕਹਿੰਦੇ ਹਾਂ ਯਾਰ ਵੀ ਅਸੀਂ ਤਾਂ ਉਦੋਂ ਕਦਮ ਚੱਕਾਂਗੇ ਜਦੋਂ 100% ਸਕਸੈਸ ਦੀ ਗਰੰਟੀ ਹੋਊਗੀ, ਅਦਰਵਾਈਜ਼ ਰਿਸਕ ਜਿਹੜਾ ਰਿਸਕ ਫੈਕਟਰ ਹੈ ਨਾ ਉਹਦੇ ਕੋਲੋਂ ਡਰਦੇ ਹਾਂ, ਰਿਸਕ ਲੈਣਾ ਨਹੀਂ ਚਾਹੁੰਦੇ। ਇਹ ਮੇਰਾ ਆਖਰੀ ਸਵਾਲ ਹੈ ਰਾਹੁਲ, ਇਸ ਤੋਂ ਬਾਅਦ ਰਿਸਕ ਨਾ ਲੈਣ ਦੀ ਪਾਵਰ ਇਸ ਵਕਤ ਸਾਡੇ ਵਿਜ਼ਨ ਦੀ ਉਹ ਜਿਹੜੀ ਅਸੀਂ ਕਹਿ ਦਈਏ ਇੱਕ ਦਾਇਰਾ ਉਹ ਘਟ ਗਿਆ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਨੌਜਵਾਨਾਂ ਦੇ ਵਿੱਚ ਜਿਹਨੂੰ ਅਸੀਂ ਜੋਸ਼ ਜਿਹਨੂੰ ਅਸੀਂ ਭਵਿੱਖ ਜਿਹਨੂੰ ਅਸੀਂ ਆਉਣ ਵਾਲਾ ਕੱਲ੍ਹ ਕਹਿੰਦੇ ਹਾਂ ਉਹਦੇ ਵਿੱਚ ਕਮੀ ਹੋਣਾ ਕੀ ਲੱਗਦਾ, ਕਿਉਂ ਆ? ਇਹ ਤਾਂ ਜੀ ਇੱਕ ਬਹੁਤ ਵੱਡਾ ਤੁਸੀਂ ਵੈਸੇ ਸਮ ਅਪ ਕਰ ਦਿਓ ਉਹਦੇ ਵਿੱਚ, ਬਟ ਮੈਂ ਕਹੂੰਗਾ ਕਲੈਕਟਿਵ ਥੋਟ ਪ੍ਰੋਸੈਸ ਜਿਹੜਾ ਹੈ ਨਾ ਉਹ ਹੋਰ ਪਾਸੇ ਨੂੰ ਹੀ ਸਾਡਾ ਜਾ ਰਿਹਾ। ਅਗੇਨ ਬਲੇਮ ਗੇਮ ਜਿਹੜੀ ਹੈ ਨਾ, ਠੀਕ ਹੈ, ਉਸ ਦੇ ਵਿੱਚ ਹੀ ਅਸੀਂ ਘਿਰ ਕੇ ਰਹਿ ਗਏ, ਠੀਕ ਹੈ ਨਾ। ਉਹ ਸ਼ੁਰੂ ਤੋਂ ਹੀ ਮਤਲਬ ਇੱਕ ਰਿਸਕ ਜਾਂ ਫੇਲੀਅਰ ਨੂੰ ਇੱਕ ਇਹ ਮੰਨਿਆ ਗਿਆ ਵੀ ਯਾਰ ਇਹ ਮਤਲਬ ਬੰਦਾ ਖਤਮ ਹੈ ਯਾਰ, ਫੇਲੀਅਰ ਹੋ ਗਿਆ ਤਾਂ ਖਤਮ ਹੋ ਗਿਆ, ਫੇਲੀਅਰ ਤੋਂ ਅਸੀਂ ਡਰਨ ਲੱਗ ਗਏ, ਜਦਕਿ ਫੇਲੀਅਰ ਸਭ ਤੋਂ ਚੰਗੀ ਚੀਜ਼ ਹੈ। ਮੈਂ ਕਹਿੰਦਾ ਤੁਹਾਡੀ ਬਹੁਤ ਵੱਡੀ ਅਪਰਚੁਨਿਟੀ ਹੈ, ਇੱਕ ਮੌਕਾ ਆ, ਅਪਰਚੁਨਿਟੀ ਤੇ ਦੈਨ ਲਰਨਿੰਗ ਅਪਰਚੁਨਿਟੀ। ਬਿਲਕੁਲ ਬਿਲਕੁਲ, ਠੀਕ ਹੈ ਨਾ। ਆਪਣੇ ਤਾਂ ਮਤਲਬ ਧਰਮ 'ਚ ਵੀ ਕਿਹਾ ਗਿਆ ਵੀ ਦੁੱਖ ਦਾਰੂ ਹੈ ਨਾ, ਬਿਲਕੁਲ। ਸੋ ਮਤਲਬ ਜਦੋਂ ਜਿੰਨਾ ਚਿਰ ਤੱਕ ਤੁਸੀਂ ਫੇਲ ਨਹੀਂ ਹੋਵੋਗੇ ਤੁਹਾਨੂੰ ਪਤਾ ਹੀ ਨਹੀਂ ਲੱਗੂ ਵੀ ਤੁਸੀਂ ਕੀ ਨਹੀਂ ਕਰਨਾ। ਮੈਂ ਆਪਦੇ ਬਿਜ਼ਨਸ ਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਹੱਥ ਪੱਲੇ ਮਾਰੇ ਜਿਨ੍ਹਾਂ ਦੇ ਵਿੱਚ ਮੇਰੀ ਨਹੀਂ ਕਾਮਯਾਬੀ ਮਿਲੀ, ਪਰ ਮੈਂ ਉਸ ਤੋਂ ਸਿੱਖਿਆ, ਸਿੱਖ ਕੇ ਝਾੜ ਕੇ ਦੁਬਾਰਾ ਤੋਂ ਕਰਿਆ ਅਤੇ ਅਗਲੀ ਵਾਰੀ ਦੁੱਗਣੀ ਕਾਮਯਾਬੀ ਅਪਣਾ ਸਕਿਆ। ਸੋ ਤਾਂ ਹੀ ਮੈਂ ਇਹ ਜਿਹੜਾ ਹੈਗਾ ਲਰਨਿੰਗਸ ਹੈਗੀਆਂ ਜਿਹੜੀ ਇਹ ਓਪਰਚੁਨਿਟੀਜ਼ ਨੇ ਇਹ ਸਾਡੇ ਨੌਜਵਾਨ ਕੋਲ ਲਿਜਾਉਣਾ ਚਾਹੁੰਦਾ। ਮੇਰਾ ਟੀਚਾ ਉਹ 'ਚ ਮੈਂ ਸਕਸੈਸਫੁਲ ਹੋਊਂਗਾ ਕਿ ਨਹੀਂ ਹੋਊਂਗਾ, ਕਿ ਸਾਡੇ ਨੌਜਵਾਨ ਜਿਹੜਾ ਵੀ ਮੁੰਡਾ ਆਪਦੀ ਮਿਹਨਤ ਕਰਦਾ ਤਾਂ ਉਹ 50,000 ਲੱਖ ਰੁਪਇਆ ਮਹੀਨੇ ਦਾ ਜੇਬ 'ਚ ਪਾ ਕੇ ਜਾਵੇ, ਉਹਦਾ ਕੈਨੇਡਾ ਅਮਰੀਕਾ ਇੱਥੇ ਹੋਵੇ, ਉਹਦੇ ਲਈ ਅਸੀਂ ਉਹਨੂੰ ਕਿੰਨੀ ਸਪੋਰਟ ਕਰ ਸਕਦੇ ਹਾਂ, ਕਿੰਨੀ ਬੈਕਿੰਗ ਦੇ ਸਕਦੇ ਹਾਂ, ਉਹਦੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਕਸੈਸ ਉੱਪਰ ਵਾਲੇ ਨੇ ਦੇਣੀ ਹੈ, ਕਾਮਯਾਬੀ ਉੱਪਰ ਵਾਲੇ ਨੇ ਦੇਣੀ ਹੈ, ਹੱਥ ਪੱਲਾ ਮਾਰਨ ਦੀ ਸਾਡੀ ਕੋਸ਼ਿਸ਼। ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਇੱਕ ਸਿੱਧੀ ਸਿੱਧੀ ਗੱਲ ਹੈ ਕਿ ਆਪਦੇ ਘਰ ਦੀ ਸਫਾਈ ਦੇ ਵਿੱਚ ਹੱਥ ਖੁਦ ਨੂੰ ਗੰਦੇ ਕਰਨੇ ਪੈਣੇ ਨੇ ਅਤੇ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਮੈਦਾਨ ਵਿੱਚ ਨਿਤਰਨਾ ਪੈਣਾ। ਪਰ ਦੋਸਤੋ, ਮੈਦਾਨ ਵਿੱਚ ਨਿਤਰਨ ਤੋਂ ਪਹਿਲਾਂ ਪੱਕੇ ਪੈਰੀ ਅਸੀਂ ਕਹਿ ਦਈਏ ਕਿ ਪੂਰੀ ਤਰ੍ਹਾਂ ਪ੍ਰੋੜਤਾ ਦੇ ਨਾਲ ਅਤੇ ਦ੍ਰਿੜ ਇਰਾਦੇ ਨਾਲ ਜ਼ਰੂਰ ਨਿਤਰਿਓ ਕਿ ਤਾਂ ਜੋ ਕੱਲ੍ਹ ਨੂੰ ਕਿਤੇ ਅਸਫਲਤਾ ਵੀ ਕਿਸੇ ਮੋੜ 'ਤੇ ਆ ਕੇ ਤੁਹਾਡਾ ਦਰਵਾਜ਼ਾ ਖਟਕੜਾਉਂਦੀ ਹੈ ਅਤੇ ਉਸ ਨੂੰ ਵੀ ਖਿੜੇ ਮੱਥੇ ਸਵੀਕਾਰ ਕੀਤਾ ਜਾਵੇ ਅਤੇ ਉਸ ਨੂੰ ਮੌਕਾ ਬਣਾ ਕੇ ਉਸ ਮੈਦਾਨ ਨੂੰ ਜਿੱਤਣ ਦੀ ਸਮਰੱਥਾ ਤੁਸੀਂ ਰੱਖਦੇ ਹੋ।